दोस्तों थोड़ा सब का स्वागत है अज के इस पंजाब सक्सेस मंत्रा के करंट अफेयर सैशन के विच, जिस दे विच असी जो है दिन दियां सब तो फ्रैश अते ताज़ा खबरां थोड़े नाल शेयर करते हाँ, डिस्कस करते हाँ अते दोस्तों उन्हां विचों किस तरह के क्वेश्चन बन सकते हैं पेपरां दे विच उन्हां नूं दसण दी भी कोशिश करते हैं। तो दोस्तों जिन्हें भी स्टूडेंट्स आ चुके हैं सब का बहुत बहुत स्वागत है। सैटरडे मैं देखा सी कि बहुत सारे जो स्टूडेंट्स पतंग चढ़ाउण दे विच है मशरूफ सन, बिजी सन। उम्मीद करांगा कि अज दोबारा तो वह सारे स्टूडेंट्स आ जाएंगे और अपनी तैयारी नूं फिर दोबारा तो है कॉन्टीन्यू करेंगे। तो नाल ही नाल दोस्तों उम्मीद करदे जिवें जिवें जो है हुण तरीकां नज़दीक आ रही ने, इलैक्शन आ रहा है, उस तो बाद फिर बड़ी जल्दी है अगले महीने मतलब मार्च के रिजल्ट आ जाएगा और उस तो बाद साडे जो एग्जाम्स ने नायब तहसीलदार होवे या फिर कोऑपरेटिव होवे उन्हां दियां दोस्तों पक्कियां तरीकां भी आउण दा जो है मैनूं लगता है कि लगभग दो महीने दे विच पक्कियां तरीकां आ जाणगियां अते हुण सानूं उन्हां दी तैयारी भी बड़े सीरीयस तरीके नाल है दोबारा तो शुरू कर देनी चाहीदी है। तां जिन्ने भी स्टूडेंट्स आ चुके ने सब तो पहलां गुड ईवनिंग अते नाल ही नाल है दोस्तों उम्मीद करता हाँ कि थोड़ी तैयारी जिन्ने भी स्टूडेंट्स ने चंगी चल रही होगी अते थोड़ी सेहत भी बहुत वधिया होगी। तो शुरू करते हाँ अज दे इस सैशन नूं, लेकिन उस तो पहला अज दा विचार बड़ा खूबसूरत जिहा विचार है, लेकिन उस तो पहला चाहांगा कि जिन्ने भी स्टूडेंट्स आ चुके ने उह सारे दे सारे जो है सैशन नूं एक बार जरूर लाइक अते शेयर भी जरूर कर दो। दोस्तों ये जो विचार है ये मार्क ट्वेन बड़े मशहूर फिलोसफर होए ने ਅਤੇ ਜੋ ਅਸੀਂ ਬਚਪਨ ਦੇ ਵਿੱਚ ਕੱਛੂ ਕੋਮੇ ਵਾਲੀ ਕਹਾਣੀ ਸੁਣਦੇ ਹਾਂ ਕੱਛੂ ਕੋਮੇ ਅਤੇ ਖਰਗੋਸ਼ ਵਾਲੀ, ਤਾਂ ਦੋਸਤੋ ਉਸੇ ਵਰਗਾ ਹੀ ਹੈ। ਕੰਟੀਨਿਊਸ ਇੰਪਰੂਵਮੈਂਟ ਇਜ਼ ਬੈਟਰ ਦੈਨ ਡਿਲੇਡ ਪਰਫੈਕਸ਼ਨ। ਆਹਿਸਤਾ ਆਹਿਸਤਾ ਜਦੋਂ ਤੁਸੀਂ ਹਰ ਰੋਜ਼ ਥੋੜ੍ਹਾ ਥੋੜ੍ਹਾ ਪੜ੍ਹਦੇ ਹੋ ਤਾਂ ਡੈਫੀਨੇਟਲੀ ਹੈ ਤੁਸੀਂ ਅਚੀਵਮੈਂਟ ਹਾਸਿਲ ਕਰਦੇ ਹੋ, ਲੇਕਿਨ ਕਈ ਵਾਰ ਕੀ ਹੈ ਕਿ ਕੁਛ ਸਾਰੇ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਕਿਸੇ ਦਿਨ ਬਹੁਤ ਜ਼ਿਆਦਾ ਪੜ੍ਹ ਲਿਆ ਅਤੇ ਕਿਸੇ ਦਿਨ ਬਹੁਤ ਘੱਟ ਪੜ੍ਹਿਆ ਅਤੇ ਜੋ ਹੈ ਇਸ ਕਰਕੇ ਕਈ ਚੀਜ਼ਾਂ ਉਹਨਾਂ ਦੀਆਂ ਬੜੀਆਂ ਡਿਲੇ ਹੋ ਜਾਂਦੀਆਂ ਨੇ। ਪੜ੍ਹੋ ਹਰ ਰੋਜ਼, ਲੇਕਿਨ ਚਾਹੇ ਥੋੜ੍ਹਾ ਪੜ੍ਹੋ ਚਾਹੇ ਜ਼ਿਆਦਾ ਪੜ੍ਹੋ ਤਾਂ ਕੰਟੀਨਿਊਸ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੇ ਜੋ ਹੈ ਇੱਕ ਦੋ ਸਟੂਡੈਂਟਸ ਬੜਾ ਵੱਡੀਆਂ ਚੀਜ਼ਾਂ ਲਿਖ ਰਹੇ ਨੇ, ਮੈਂ ਪੜ੍ਹ ਲਵਾਂ। ਸਰ ਮੇਰੀ ਆਈਡੀ ਸੁਮਨ ਬੰਸਲ ਨਾਮ 'ਤੇ ਹੈ, ਜੇ ਟੈਕਨੀਕਲ ਟੀਮ ਨੂੰ ਕਹਿ ਦੇਵੋ ਕਿ ਮੈਨੂੰ ਅਨਬਲੋਕ ਕਰਵਾ ਦਿਓ, ਬਾਏ ਮਿਸਟੇਕ ਮੈਂ ਬਲੋਕ ਹੋ ਗਈ ਸੀ। ਹਾਂਜੀ, ਇਟਸ ਮਾਈ ਹੰਬਲ ਰਿਕੁਐਸਟ। ਚਲੋ ਕੋਈ ਗੱਲ ਨਹੀਂ ਸੁਮਨ ਬੰਸਲ, ਜੋ ਹੈ ਤੁਸੀਂ ਲਿਖ ਦਿੱਤਾ, ਮੈਂ ਕਹਿ ਦੇਵਾਂਗਾ ਜੀ, ਜ਼ਰੂਰ ਕਹਿ ਦੇਵਾਂਗਾ। ਫਿਲਹਾਲ ਤੁਸੀਂ ਡ੍ਰੀਮ ਗਰਲ ਤੋਂ ਹੀ ਹੈ, ਮੈਸੇਜ ਦੇਖੋ। ਅਤੇ ਨਾਲ ਹੀ ਨਾਲ ਮਨਪ੍ਰੀਤ ਕਹਿ ਰਹੇ ਨੇ ਕਿ ਤੁਸੀਂ PDF ਕਿੱਥੇ ਸੈਂਡ ਕਰਦੇ ਹੋ? ਇੱਥੇ ਜਿੰਨਾ ਸਟੂਡੈਂਟਸ ਨੂੰ ਜੋ ਹੈ ਅਜੇ ਨਹੀਂ ਪਤਾ, ਅਸੀਂ ਸਾਰੀਆਂ ਦੀਆਂ ਸਾਰੀਆਂ ਆਪਣੇ ਕਰੰਟ ਅਫੇਅਰ ਨਾਲ ਜੁੜੀਆਂ PDFs ਨੇ, ਇਸ ਤੁਹਾਨੂੰ ਟੈਲੀਗ੍ਰਾਮ 'ਤੇ ਮਿਲਦੀਆਂ ਨੇ ਪੰਜਾਬ ਸਕਸੈਸ ਮੰਤਰਾ ਦੇ ਟੈਲੀਗ੍ਰਾਮ ਚੈਨਲ 'ਤੇ। ਅਤੇ ਨਾਲ ਹੀ ਨਾਲ ਜੋ ਸਾਡੇ ਦੋਸਤੋ ਸੈਸ਼ਨਸ ਹੁੰਦੇ ਨੇ ਈਵਨਿੰਗ ਦੇ ਵਿੱਚ, ਜਿਸ ਦੇ ਵਿੱਚ ਅੱਜ ਵੀ ਜੋ ਹੈ ਕਲਾਸ ਹੈ ਇਨਵਾਇਰਮੈਂਟ ਦੀ ਹੈ, ਫਿਰ ਪੰਜਾਬ GK ਹੈ, ਉਹ ਸਾਰੀਆਂ PDFs ਤੁਹਾਨੂੰ ਟੈਲੀਗ੍ਰਾਮ 'ਤੇ ਤਾਂ ਮਿਲਦੀਆਂ ਹੀ ਮਿਲਦੀਆਂ ਨੇ। ਨਾਲ ਹੀ ਨਾਲ ਸਾਡੇ ਜੋ ਪੋਰਟਲ ਹੈ ਪੰਜਾਬ ਸਕਸੈਸ ਮੰਤਰਾ ਦਾ, ਉਸ ਦੇ ਉੱਪਰ ਵੀ ਬਿਲਕੁਲ ਫ੍ਰੀ ਆਫ ਕੋਸਟ ਹੈ, ਉਹ ਮਿਲ ਜਾਂਦੀਆਂ ਨੇ। ਤਾਂ ਚੱਲਦੇ ਹਾਂ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ, ਲੇਕਿਨ ਦੋਸਤੋ ਇੱਕ ਵਾਰ ਜ਼ਰੂਰ ਜੋ ਹੈ ਆਪਣੇ ਹਰੇਕ ਦੋਸਤ ਨਾਲ ਹੈ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਮੈਕਸੀਮਮ ਬੱਚੇ ਆਪਣੇ ਸੈਸ਼ਨ ਨਾਲ ਜੁੜ ਸਕਣ। ਤਾਂ ਸ਼ੁਰੂ ਕਰਦੇ ਹਾਂ, ਪਹਿਲਾ ਕੁਐਸਚਨ ਜੁੜਿਆ ਹੋਇਆ ਹੈ ਫੀਮੇਲ ਜੈਨੀਟਲ ਮਿਊਟੀਲੇਸ਼ਨ ਨਾਲ। ਦੋਸਤੋ ਇਹ ਜੋ ਫੀਮੇਲ ਜੈਨੀਟਲ ਮਿਊਟੀਲੇਸ਼ਨ ਹੈ, ਇੰਪੋਰਟੈਂਟ ਇੱਕ ਡੇ ਹੈ, ਯੂਨਾਈਟਿਡ ਨੇਸ਼ਨ ਓਬਜ਼ਰਵ ਕਰਦਾ ਹੈ ਪੂਰੀ ਦੁਨੀਆ ਭਰ ਦੇ ਵਿੱਚ, ਕਿਉਂਕਿ ਉਹ ਇਸ ਨੂੰ ਇੱਕ ਤਰ੍ਹਾਂ ਦਾ ਹਿਊਮਨ ਰਾਈਟ ਵਾਇਲੇਸ਼ਨ, ਕਿਉਂਕਿ ਇਸ ਦੇ ਵਿੱਚ ਕੀ ਹੈ ਕਿ ਫੀਮੇਲਸ ਦਾ ਕੁਛ ਰੀਜ਼ਨਸ ਕਰਕੇ ਦੋਸਤੋ, ਬਿਲੀਵਸ ਕਰਕੇ ਹੈ, ਇੱਕ ਨੋਨ ਕਿਸੇ ਵੀ ਨੋਨ ਮੈਡੀਕਲ ਰੀਜ਼ਨ ਕਰਕੇ ਬਾਡੀ ਦੇ ਇੱਕ ਪਾਰਟ ਨੂੰ ਹੈ ਇੰਜਰਡ ਕਰ ਦਿੱਤਾ ਜਾਂਦਾ ਹੈ। ਤਾਂ ਇਸ ਨਾਲ ਜੁੜੀਆਂ ਦੋ ਪੁਆਇੰਟਸ ਨੇ, ਇੱਕ ਤਾਂ ਇਹ ਪੂਰੀ ਦੁਨੀਆ ਭਰ ਦੇ ਵਿੱਚ 6 ਫਰਵਰੀ ਨੂੰ ਹੈ ਓਬਜ਼ਰਵ ਕਰਿਆ ਜਾਂਦਾ ਹੈ, ਅਤੇ ਇਸ ਦਾ ਜੋ ਥੀਮ ਹੈ ਇਸ ਸਾਲ ਦਾ ਉਹ ਹੈ ਰੇਜ਼ਿੰਗ ਅਵੇਅਰਨੈਸ ਟੂ ਐਂਡ ਫੀਮੇਲ ਜੈਨੀਟਲ ਮਿਊਟੀਲੇਸ਼ਨ। ਹੁਣ ਤੁਸੀਂ ਦੱਸੋਗੇ ਪਹਿਲਾ ਠੀਕ ਦੂਜਾ ਠੀਕ, ਦੋਨੋਂ ਹੀ ਠੀਕ ਨੇ ਜਾਂ ਦੋਨੋਂ ਹੀ ਗਲਤ ਨੇ? ਅਤੇ ਮੈਂ ਉਮੀਦ ਕਰਦੇ ਜਿੰਨੇ ਵੀ ਬੱਚੇ ਹਰ ਰੋਜ਼ ਜੁੜਦੇ ਨੇ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਜੋ ਪੂਰੇ ਦੇ ਪੂਰੇ ਕਰੰਟ ਅਫੇਅਰ ਵਿਦ ਡਿਟੇਲ ਹੈ, ਕਲਾਸ ਤੋਂ ਪਹਿਲਾਂ ਹੀ ਲਗਭਗ 2 ਜਾਂ 3 ਵਜੇ ਤੁਹਾਡੇ ਟੈਲੀਗ੍ਰਾਮ 'ਤੇ ਅਪਲੋਡ ਵੀ ਹੋ ਜਾਂਦੇ ਨੇ, ਜਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਹੈ ਕਲਾਸ ਤੋਂ ਪਹਿਲਾਂ ਹੀ ਪੜ੍ਹ ਸਕਦੇ ਹੋ, ਅਤੇ ਇੱਥੇ ਤੁਹਾਡੀ ਇੱਕ ਤਰ੍ਹਾਂ ਦੀ ਰਿਵੀਜ਼ਨ ਹੋ ਸਕਦੀ ਹੈ ਅਤੇ ਬਹੁਤ ਸਾਰੀ ਐਕਸਟਰਾ ਇਨਫੋਰਮੇਸ਼ਨ ਵੀ ਤੁਹਾਨੂੰ ਮਿਲ ਸਕਦੀ ਹੈ। ਤਾਂ ਇਹ ਤਾਂ ਦੋਸਤੋ ਜੋ ਸਹੀ ਉੱਤਰ ਹੈ ਦੈਟ ਇਜ਼ ਦਾ ਏ, ਕਿਉਂਕਿ ਇਸ ਸਾਲ ਇਸ ਦਾ ਥੀਮ ਰੇਜ਼ਿੰਗ ਅਵੇਅਰਨੈਸ ਟੂ ਐਂਡ ਫੀਮੇਲ ਨਹੀਂ ਹੈ, ਇਸ ਸਾਲ ਇਸ ਦਾ ਜੋ ਥੀਮ ਹੈ ਉਹ ਹੈ ਦੈਟ ਇਜ਼ ਦਾ ਐਕਸੀਲਰੇਟਿੰਗ ਇਨਵੈਸਟਮੈਂਟ ਟੂ ਐਂਡ ਫੀਮੇਲ ਜੈਨੀਟਲ ਮਿਊਟੀਲੇਸ਼ਨ। ਤਾਂ ਇਸ ਨੂੰ ਤੁਸੀਂ ਯਾਦ ਕਰਨਾ ਪਵੇਗਾ, ਥੋੜ੍ਹਾ ਵੱਡਾ ਜ਼ਰੂਰ ਹੈ, ਐਕਸੀਲਰੇਟਿੰਗ ਇਨਵੈਸਟਮੈਂਟ ਟੂ ਐਂਡ ਫੀਮੇਲ ਜੈਨੀਟਲ ਮਿਊਟੀਲੇਸ਼ਨ। ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇਸ ਨੂੰ 6 ਫਰਵਰੀ ਨੂੰ ਓਬਜ਼ਰਵ ਕਰਿਆ ਜਾਂਦਾ ਹੈ ਤਾਂ ਕਿ ਔਰਤਾਂ ਦੇ ਜੋ ਜੋ ਹਿਊਮਨ ਰਾਈਟਸ ਹੈ ਉਹਨਾਂ ਨੂੰ ਬਚਾਇਆ ਜਾ ਸਕੇ। ਅਤੇ ਯੂਨਾਈਟਿਡ ਨੇਸ਼ਨ ਲਗਾਤਾਰ ਹੈ ਇਸ ਨੂੰ
जो है कई सालों तो है ऑब्जर्व करता आ रहा है, स्पेशली जो है एशिया दे विच यह बहुत वड्डी समस्या आ चुकी है। नाल ही नाल हर क्लास दे विच मैं थोनू जिस भी महीने दे विच असी करंट अफेयर करते हाँ उसके इंपॉर्टेंट डेज दस देना, जिवें कि दोस्तों इस महीने दे विच असी 1 फरवरी होवे चाहे वह 2 फरवरी होवे फिर वह 4 फरवरी होवे, उस तो अलावा हुण 6 दी असी गल कीती है, फिर 13 की गल करांगे, फिर 21 की गल करांगे, फिर असी 24 की गल करांगे, फिर 28। ये बड़े महत्वपूर्ण ने जिस दे विच सब तो पहला जो असी गल करांगे साडे इंडियन कोस्ट गार्ड डे की, फिर उस तो अलावा वर्ल्ड वैटलैंड्स डे, सैकेंड नू है श्रीलंका डे भी हुंदा है, फिर 4 नू असी कैंसर अवेयरनैस डे की गल की सी, होप सो थोनू याद होएगा उसका थीम जे थोनू याद है जल्दी नाल दस सकते हो। 6 नू है दोस्तों इंटरनेशनल डे ऑफ जीरो टॉलरेंस फॉर फीमेल जेनिटल म्यूटिलेशन, 13 ਨੂੰ ਸਰੋਜਨੀ ਨਾਇਡੂ ਦਾ ਬਰਥਡੇ ਹੋਣ ਕਰਕੇ ਨੈਸ਼ਨਲ ਵੂਮੈਨਸ ਡੇ, ਅਤੇ ਇਸੇ ਦਿਨ ਹੈ ਵਰਲਡ ਰੇਡੀਓ ਡੇ ਵੀ ਹੁੰਦਾ ਹੈ, 21 ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਮਾਤਰ ਭਾਸ਼ਾ ਦਿਵਸ ਅੰਤਰਰਾਸ਼ਟਰੀ, 24 ਦੋਸਤੋ ਸੈਂਟਰਲ ਐਕਸਾਈਜ਼, ਅਤੇ 28 ਨੂੰ ਸਾਡਾ ਨੈਸ਼ਨਲ ਸਾਇੰਸ ਡੇ ਹੁੰਦਾ ਹੈ, ਤਾਂ ਬੜੇ ਇੰਪੋਰਟੈਂਟ ਨੇ ਅਤੇ ਇਸ ਡੇ ਨੂੰ ਵੀ ਅਸੀਂ ਨਾਲ ਨਾਲ ਯਾਦ ਰੱਖਣਾ ਹੈ। ਹਾਂਜੀ ਗੁੱਡ ਈਵਨਿੰਗ ਜੀ, ਜੋ ਆ ਰਹੇ ਨੇ ਸਟੂਡੈਂਟਸ ਕਿਰਨ ਅਤੇ ਐਨਵੀ ਕਹਿ ਰਹੇ ਨੇ ਕਿ ਸਰ ਪਲੀਜ਼ ਨੋਟਸ ਟਾਈਮਲੀ ਪ੍ਰੋਵਾਈਡ ਕਰਵਾ ਦਿਓ ਇਨਵਾਇਰਮੈਂਟ ਐਂਡ ਜੋਗ੍ਰਫੀ ਦੇ ਵੀ। ਹਾਂਜੀ ਬਿਲਕੁਲ ਜੀ ਬਿਲਕੁਲ, ਇਨਵਾਇਰਮੈਂਟ ਐਂਡ ਜੋਗ੍ਰਫੀ ਦੇ ਨੋਟਸ ਵੀ ਜੋ ਪੜ੍ਹਾਏ ਜਾ ਚੁੱਕੇ ਨੇ ਬੜੀ ਜਲਦੀ ਤੁਹਾਨੂੰ ਮਿਲ ਜਾਣਗੇ। ਹਾਂਜੀ ਠੀਕ ਹੈ, ਹਾਂਜੀ ਐਂਡ 38 ਹਾਂਜੀ, ਤਾਂ ਪਲੀਜ਼ ਦੀਆਂ ਲੈਕਚਰਸ ਬਿਲਕੁਲ ਜੀ ਉਹ ਵੀ ਤੁਹਾਨੂੰ ਹੈ ਜ਼ਰੂਰ ਪ੍ਰੋਵਾਈਡ ਹੋ ਜਾਣਗੇ। ਦੂਜਾ ਕੁਐਸਚਨ ਦੋਸਤੋ ਜੋ ਹੈ, ਅੱਜ ਮੈਂ ਜਦੋਂ ਨਿਊਜ਼ ਪੇਪਰ ਪੜ੍ਹ ਰਿਹਾ ਸੀ ਤਾਂ ਨਿਊਜ਼ ਪੇਪਰ ਦੇ ਵਿੱਚ ਜੋ ਅੱਜ ਦੀਆਂ ਖਬਰਾਂ ਸਨ ਉਹ ਸਿਰਫ ਭਾਰਤ ਦੇ ਵੱਡੇ ਮਨਿਸਟਰਸ ਦੀਆਂ ਹੀ ਨਹੀਂ, ਈਵਨ ਚਾਹੇ ਮੈਂ ਇਮਰਾਨ ਖਾਨ ਦੀ ਗੱਲ ਕਰਾਂ, ਚਾਹੇ ਮੈਂ ਨੇਪਾਲ ਦੀ ਗੱਲ ਕਰਾਂ, ਚਾਹੇ ਮੈਂ ਸ਼ੇਖ ਹਸੀਨਾ ਦੀ ਗੱਲ ਕਰਾਂ, ਚਾਹੇ ਦੋਸਤੋ ਜਿੱਥੇ ਵੀ ਜੋ ਹੈ ਹਿੰਦੀ ਥੋੜ੍ਹੀ ਬਹੁਤ ਸਮਝੀ ਜਾ ਸਕਦੀ ਹੈ ਉਸ ਨੂੰ ਜੋ ਅੰਡਰਸਟੈਂਡ ਕੀਤਾ ਜਾ ਰਿਹਾ ਹੈ, ਤਾਂ ਜਿੰਨੀ ਵੀ ਜੋ ਹੈ ਪਿਛਲੇ 50 ਸਾਲ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਖੱਟਣ ਵਾਲੀ ਲਤਾ ਮੰਗੇਸ਼ਕਰ ਜੀ ਦੀ ਹੈ, ਕੱਲ੍ਹ 92 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ ਸੀ। ਪ੍ਰਸ਼ਨ ਹੈ ਕਿ ਉਹਨਾਂ ਨੂੰ ਭਾਰਤ ਰਤਨ ਹੈ ਇਹਨਾਂ ਵਿੱਚੋਂ ਕਿਹੜੇ ਸਾਲ ਦੇ ਵਿੱਚ ਮਿਲਿਆ ਸੀ। ਲਤਾ ਮੰਗੇਸ਼ਕਰ ਦੋਸਤੋ ਜੋ ਹੈ, ਚਾਹੇ ਭਾਰਤ ਰਤਨ ਹੋਵੇ, ਪਦਮ ਵਿਭੂਸ਼ਣ, ਭੂਸ਼ਣ, ਮੈਨੂੰ ਲੱਗਦਾ ਇਹ ਸਾਰੇ ਅਵਾਰਡ ਬੜੇ ਫਿੱਕੇ ਪੈ ਜਾਂਦੇ ਨੇ, ਇੰਨੀ ਵੱਡੀ ਪਰਸਨੈਲਿਟੀ ਸੀ ਲਤਾ ਮੰਗੇਸ਼ਕਰ ਜੀ। ਅਤੇ ਕੱਲ੍ਹ ਜੋ ਹੈ ਦੋਸਤੋ ਮਲਟੀਪਲ ਆਰਗਨ ਦੇ ਹੈ ਫੇਲ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ। ਬਹੁਤ ਵੱਡੀ ਉਮਰ ਸੀ, ਆਪਣੀ ਜ਼ਿੰਦਗੀ ਦੇ ਵਿੱਚ 70 ਤੋਂ ਵੀ ਜ਼ਿਆਦਾ ਸਾਲ ਹੈ ਉਹਨਾਂ ਨੇ ਆਪਣੀ ਗਾਇਕੀ ਨੂੰ ਦਿੱਤੇ ਸੀ। ਅਤੇ ਅਸੀਂ ਦੇਖਦੇ ਹਾਂ ਦਲੀਪ ਕੁਮਾਰ ਤੋਂ ਲੈ ਕੇ ਚਾਹੇ ਅੱਜ ਦੇ ਜਨਰੇਸ਼ਨ ਦੇ ਐਕਟਰਸ ਹੋਣ, ਚਾਹੇ ਉਹ ਨਹਿਰੂ ਤੋਂ ਲੈ ਕੇ ਦੋਸਤੋ ਜੋ ਹੈ ਨਰਿੰਦਰ ਮੋਦੀ ਹੋਣ, ਪੂਰਾ ਜੋ ਹੈ ਆਜ਼ਾਦੀ ਤੋਂ ਲੈ ਕੇ ਦੋਸਤੋ ਹੁਣ ਅਸੀਂ 75 ਈਅਰ ਸੈਲੀਬ੍ਰੇਟ ਕਰ ਰਹੇ ਹਾਂ, ਤਾਂ ਇੱਕ ਬਹੁਤ ਵੱਡਾ ਜੋ ਸਫ਼ਰ ਹੈ ਹਿੰਦੁਸਤਾਨ ਦੇ ਨਾਲ ਹੈ ਲਤਾ ਮੰਗੇਸ਼ਕਰ ਨੇ ਉਹ ਕਵਰ ਕੀਤਾ ਹੈ। ਅਤੇ ਇਸਦਾ ਜੋ ਸਹੀ ਉੱਤਰ ਹੈ ਦੈਟ ਇਜ਼ ਦਾ 2001 C ਇਜ਼ ਦਾ ਕਰੈਕਟ ਆਨਸਰ। ਇਸ ਤੋਂ ਇਲਾਵਾ ਬੜੇ ਸਾਰੇ ਬਹੁਤ ਸਾਰੇ ਜੋ ਸੌਂਗਸ 50,000 ਤੋਂ ਵੀ ਜ਼ਿਆਦਾ ਸੌਂਗਸ ਨੇ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਗਾਏ, ਜਿਸ ਦੇ ਵਿੱਚ ਮੁੱਖ ਤੌਰ 'ਤੇ ਅਸੀਂ ਜੇ ਦੇਖੀਏ ਇਹ ਮੇਰੇ ਵਤਨ ਕੇ ਲੋਗੋ, ਲਗ ਜਾ ਗਲੇ, ਯੇ ਕਹਾਂ ਆ ਗਏ ਹਮ, ਪਿਆਰ ਕੀਆ ਤੋ ਡਰਨ, ਬੜੇ ਸਾਰੇ ਇਸ ਤਰ੍ਹਾਂ ਦੇ ਸੌਂਗਸ ਨੇ ਜੋ ਉਹਨਾਂ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਗਾਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਵਾਰਡ ਦੀ ਜੇ ਅਸੀਂ ਗੱਲ ਕਰੀਏ, 69 ਦੇ ਵਿੱਚ ਪਦਮ ਭੂਸ਼ਣ ਹੋਵੇ, 99 ਦੇ ਵਿੱਚ ਪਦਮ ਵਿਭੂਸ਼ਣ ਹੋਵੇ, 89 ਦੇ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਹੋਵੇ, 97 ਦੇ ਵਿੱਚ ਮਹਾਰਾਸ਼ਟਰ ਭੂਸ਼ਣ ਅਵਾਰਡ ਹੋਵੇ, 99 ਦੇ ਵਿੱਚ NTR ਨੈਸ਼ਨਲ ਅਵਾਰਡ ਹੋਵੇ, ਫਿਰ ਉਸ ਤੋਂ ਇਲਾਵਾ ਜੋ ਅਸੀਂ ਦੇਖਦੇ ਹਾਂ ਫਿਲਮ ਫੇਅਰ ਸਪੈਸ਼ਲ ਅਵਾਰਡ ਬਹੁਤ ਸਾਰੇ ਉਹਨਾਂ ਨੂੰ ਮਿਲੇ ਨੇ, ਫਿਰ ਉਸ ਤੋਂ ਇਲਾਵਾ ਦੋਸਤੋ ਫਿਲਮ ਫੇਅਰ ਅਵਾਰਡ 59, 63, 66 ਅਤੇ 70 ਦੇ ਵਿੱਚ ਮਿਲੇ ਨੇ, ਨੈਸ਼ਨਲ ਫਿਲਮ ਅਵਾਰਡ 73, ਮਤਲਬ ਬਹੁਤ ਹੀ ਵੱਡੀ ਲਿਸਟ ਹੈ। ਤਾਂ ਮੈਂ ਇਸੇ ਕਰਕੇ ਤੁਹਾਨੂੰ ਦੱਸ ਰਿਹਾ ਸੀ ਕਿ ਅਵਾਰਡ ਇਹਨਾਂ ਦੀ ਕੰਟਰੀਬਿਊਸ਼ਨ ਦੇ ਅੱਗੇ ਬਹੁਤ ਹੀ ਫਿੱਕੇ ਪੈ ਗਏ ਨੇ। ਅਤੇ ਕੱਲ੍ਹ 92 ਸਾਲ ਦੀ ਉਮਰ ਦੇ ਵਿੱਚ ਹੈ ਇਹਨਾਂ ਦੀ ਡੈਥ ਹੋ ਗਈ। ਇਹਨਾਂ ਨੂੰ ਨਾਈਟ ਐਂਜਲ ਆਫ ਇੰਡੀਆ ਵੀ ਕਿਹਾ ਜਾਂਦਾ ਸੀ, ਸਵਰ ਕੋਕਿਲਾ ਵੀ ਕਿਹਾ ਜਾਂਦਾ ਸੀ। ਅਤੇ ਦੋਸਤੋ ਇਹਨਾਂ ਦੇ ਨਾਲ ਹੀ ਇੱਕ ਬਹੁਤ ਵੱਡਾ ਜੋ ਮਿਊਜ਼ਿਕ ਦਾ ਜੋ ਯੁੱਗ ਹੈ ਹਿੰਦੁਸਤਾਨ ਦਾ ਉਹ ਖਤਮ ਹੋ ਗਿਆ। ਈਵਨ ਜੋ ਅੱਜ ਮੁੱਖ ਤੌਰ 'ਤੇ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਸੀ ਉਸ ਦੇ ਵਿੱਚ ਬਹੁਤ ਸਾਰੇ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਤਾਨਾ ਸ਼ਾਹ ਵੀ ਸੀ, ਜੋ ਵੈਸੇ ਇਸਲਾਮਿਕ ਕਲਚਰ ਦੇ ਵਿੱਚ ਜਿਵੇਂ ਫੀਮੇਲਸ ਨੂੰ ਗਾਉਣਾ ਮਨਾ ਹੈ, ਲੇਕਿਨ ਫਿਰ ਵੀ ਜੋ ਹੈ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਉਹ ਮਰੀਦ ਸਨ। ਅਤੇ ਹਿੰਦੁਸਤਾਨ ਤੋਂ ਹੈ ਉਹਨਾਂ ਟਾਈਮ ਦੇ ਵਿੱਚ 60-70s ਦੇ ਵਿੱਚ ਬਹੁਤ ਸਾਰੇ ਜੋ ਰਿਕਾਰਡਸ ਹੈ ਉਹ ਮੰਗਾਇਆ ਕਰਦੇ ਸੀ, ਤਾਂ ਬੜੀ ਸਾਰੇ ਦੇਸ਼ਾਂ ਦੇ ਵਿੱਚ ਇਹਨਾਂ ਦੇ ਗਾਣੇ ਸੁਣਦੇ ਸਨ ਅਤੇ ਪੂਰੀ ਦੁਨੀਆ ਹੈ ਇਹਨਾਂ ਦੀ ਆਵਾਜ਼ ਦੀ ਕਾਇਲ ਸੀ। ਵੈਰੀ ਵੈਰੀ ਇੰਪੋਰਟੈਂਟ। ਹੋਰ ਵੀ ਬਹੁਤ ਸਾਰੇ ਜੋ ਫੈਕਟਸ ਨੇ ਮੈਂ ਅਗਲੇ 1-2 ਦਿਨ ਤੱਕ ਹੈ ਤੁਹਾਨੂੰ ਦੱਸਦਾ ਰਹਾਂਗਾ, ਤਾਂ ਕਿ ਇਹਨਾਂ ਨਾਲ ਜੁੜਿਆ ਕੋਈ ਵੀ ਜੇ ਪ੍ਰਸ਼ਨ ਆਵੇ ਤਾਂ ਅਸੀਂ ਉਸਨੂੰ ਈਜ਼ਲੀ ਕਰ ਸਕੇ। ਹਾਂਜੀ ਨਾਲ ਹੀ ਨਾਲ ਕੋਮਲ ਕਹਿ ਰਹੇ ਨੇ ਕਿ ਸਰ ਤੁਸੀਂ PDF ਸੈਂਡ ਕਰ ਦਿਆ ਕਰੋ ਇੰਪੋਰਟੈਂਟ ਬੁੱਕਸ ਐਂਡ ਅਵਾਰਡੀ, ਚਲੋ ਬਹੁਤ ਵਧੀਆ ਜ਼ਰੂਰ ਕਰ ਦੇਵਾਂਗਾ ਜੀ, ਠੀਕ ਹੈ। ਅਤੇ ਫਰਾਂਸ ਹਾਈਏ ਸਿਵਲਨ ਅਵਾਰਡ ਵੀ ਇਹਨਾਂ ਨੂੰ ਮਿਲਿਆ ਹੋਇਆ ਹੈ 2009 ਦੇ ਵਿੱਚ। ਚੱਲਦੇ ਹਾਂ ਤੀਜੇ ਪ੍ਰਸ਼ਨ ਤੇ। ਤੀਜਾ ਪ੍ਰਸ਼ਨ ਜੋ ਦੋਸਤੋ ਹੈ ਵੈਸਟ ਇੰਡੀਜ਼ ਤੋਂ ਜੁੜਿਆ, ਵੈਸਟ ਇੰਡੀਜ਼ ਦੇ ਵਿੱਚ ਜੋ ਹੈ ਅੰਡਰ 19 ਕ੍ਰਿਕਟ ਵਰਲਡ ਕੱਪ ਹੋ ਰਿਹਾ ਸੀ,
ਅਤੇ ਇੰਡੀਆ ਜੋ ਟੀਮ ਹੈ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਸੀ ਅਤੇ ਨਾਲ ਹੀ ਨਾਲ ਇੰਗਲੈਂਡ ਅਤੇ ਇੰਡੀਆ ਨੇ ਹੈ ਦੋਸਤੋ ਇਤਿਹਾਸ ਰਚ ਦਿੱਤਾ। ਇਤਿਹਾਸ ਕਿਆ ਰਚ ਦਿੱਤਾ ਉਸ ਤੋਂ ਪਹਿਲਾਂ ਅਸੀਂ ਪ੍ਰਸ਼ਨ ਪੜ੍ਹ ਲਈਏ। ਪ੍ਰਸ਼ਨ ਕੀ ਕਹਿ ਰਿਹਾ? ਪ੍ਰਸ਼ਨ ਕਹਿ ਰਿਹਾ ਕਿ ਭਾਰਤ ਨੇ ਅੰਡਰ 19 ਵਰਲਡ ਕੱਪ ਜਿੱਤਿਆ ਹੈ, ਠੀਕ ਹੈ, ਕਿੰਨਵੀਂ ਵਾਰ ਜਿੱਤਿਆ ਹੈ? ਇਹਦਾ ਮਤਲਬ ਇੰਡੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ, ਠੀਕ ਹੈ, ਜੇ ਕੁਐਸਚਨ ਠੀਕ ਹੈ। ਚੌਥੀ ਵਾਰ, ਪੰਜਵੀਂ ਵਾਰ ਦੋਸਤੋ? ਅਤੇ ਦੋਸਤੋ ਬਾਈ ਡਿਫੀਟਿੰਗ ਤੋਂ ਹੈ ਕਿਹੜੀ ਟੀਮ ਨੂੰ ਹਰਾ ਕੇ ਇਹਨਾਂ ਨੇ ਵਰਲਡ ਕੱਪ ਜਿੱਤਿਆ ਹੈ? ਤਾਂ ਆਲਰੇਡੀ ਮੈਂ ਤੁਹਾਨੂੰ ਵੈਸੇ ਦੱਸ ਵੀ ਦਿੱਤਾ ਇੰਗਲੈਂਡ ਨੂੰ ਹਰਾਇਆ ਹੈ। ਅਤੇ ਇਸ ਦੇ ਵਿੱਚ ਅਸੀਂ ਦੇਖੀਏ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 189 ਰਨਸ ਦੋਸਤੋ ਬਣਾਏ 50 ਓਵਰ ਦੇ ਵਿੱਚ, ਲੇਕਿਨ ਹਿੰਦੁਸਤਾਨ ਨੇ ਹੈ ਬੜੀ ਈਜ਼ਲੀ ਹੈ ਇਸ ਟਾਰਗੇਟ ਨੂੰ ਹੈ 2 ਓਵਰ ਰਹਿੰਦੇ ਹੀ ਅਚੀਵ ਕਰ ਲਿਆ ਸੀ। ਤਾਂ ਬਹੁਤ ਹੀ ਇੰਪੋਰਟੈਂਟ ਹੈ। ਅਤੇ ਸਾਡੇ ਜੋ ਕਪਤਾਨ ਨੇ ਯਸ਼ ਧੁਰ, ਜਿਨ੍ਹਾਂ ਨੇ ਸੈਮੀਫਾਈਨਲ ਦੇ ਵਿੱਚ ਆਪਣੀ ਸੈਂਚਰੀ ਦੇ ਨਾਲ ਹੈ ਜੋ ਆਸਟ੍ਰੇਲੀਆ ਦੇ ਖਿਲਾਫ ਲਗਾਈ ਸੀ ਫਾਈਨਲ ਦੇ ਵਿੱਚ ਥਾਂ ਬਣਾਉਣ ਦੇ ਵਿੱਚ ਮਦਦ ਕੀਤੀ ਸੀ, ਤਾਂ ਇਸੇ ਨਾਲ ਹੀ ਇਸੇ ਵਰਲਡ ਕੱਪ ਦੀ ਜਿੱਤ ਨਾਲ ਯਸ਼ ਧੁਰ ਹਿੰਦੁਸਤਾਨ ਦੇ 5ਵੇਂ ਇਸ ਤਰ੍ਹਾਂ ਦੇ ਪਲੇਅਰ ਬਣ ਚੁੱਕੇ ਨੇ ਜਿਨ੍ਹਾਂ ਨੇ ਆਪਣੀ ਲੀਡਰਸ਼ਿਪ ਦੇ ਅੰਡਰ ਵਰਲਡ ਕੱਪ ਜਿੱਤਿਆ ਸੀ। ਚਾਹੇ ਇਸ ਦੇ ਵਿੱਚ ਅਸੀਂ ਗੱਲ ਕਰੀਏ ਮੁਹੰਮਦ ਕੈਫ ਦੀ, ਚਾਹੇ ਅਸੀਂ ਇਸ ਦੇ ਵਿੱਚ ਗੱਲ ਕਰੀਏ ਵਿਰਾਟ ਕੋਹਲੀ ਜਾਂ ਫਿਰ ਉਨਮੁਕਤ ਚੰਦ ਜਾਂ ਫਿਰ ਪ੍ਰਿਥਵੀ ਸ਼ਾ, ਤਾਂ ਇਹ ਚਾਰ ਜੋ ਹੈ ਕਪਤਾਨਾਂ ਦੇ ਅੰਡਰ ਅਸੀਂ ਜੋ ਹੈ ਵਰਲਡ ਕੱਪ ਜਿੱਤ ਚੁੱਕੇ ਹਾਂ ਆਲਰੇਡੀ। ਅਤੇ ਅਸੀਂ 5ਵਾਂ ਵਰਲਡ ਕੱਪ ਹੈ ਯਸ਼ ਧੁਰ ਦੇ ਅੰਡਰ ਹੈ ਅਸੀਂ ਜਿੱਤਿਆ ਹੈ। ਇਹ ਵੈਸੇ ਪੂਰਾ ਸਕੋਰ ਬੋਰਡ ਵੀ ਦੱਸਿਆ ਹੈ ਤੁਹਾਨੂੰ, ਲੇਕਿਨ ਸਾਡੇ ਲਈ ਇੰਪੋਰਟੈਂਟ ਨਹੀਂ। ਲੇਕਿਨ ਕਾਰਨਰ ਦੇ ਵਿੱਚ ਇਹ ਲਿਖੀ ਬੜੀ ਇੰਪੋਰਟੈਂਟ ਹੈ ਦੋਸਤੋ, ਜਿਹਦੇ ਵਿੱਚ ਮੋਸਟ ਰਨਸ ਦੀ ਗੱਲ ਕਰੀਏ ਸਾਊਥ ਅਫਰੀਕਾ ਦੇ ਜੋ ਡੀਵੋਲਡ ਬ੍ਰੈਵਿਸ ਨੇ ਉਹ 500 ਰਨ ਬਣਾਏ ਨੇ। ਸਭ ਤੋਂ ਜ਼ਿਆਦਾ ਵਿਕਟ ਸ਼੍ਰੀਲੰਕਾ ਦੇ ਡਿਊਨਿਥ ਨੇ ਲਈਆਂ ਨੇ 17। ਹਾਈਐਸਟ ਇੰਡੀਵਿਜੁਅਲ ਸਕੋਰ ਦੀ ਗੱਲ ਕਰਾਂ ਰਾਜ ਬਾਵਾ ਨੇ ਹੈ ਦੋਸਤੋ ਯੁਗਾਂਡਾ ਦੇ ਖਿਲਾਫ 162 ਰਨ ਦੀ ਪਾਰੀ ਖੇਡੀ ਸੀ। ਹੁਣ ਰਾਜ ਬਾਵਾ ਦਾ ਮੈਂ ਜ਼ਿਕਰ ਇਸ ਲਈ ਵੀ ਕਰਨਾ ਚਾਹਾਂਗਾ ਕਿਉਂਕਿ ਜੋ ਰਾਜ ਬਾਵਾ ਨੇ ਪੰਜਾਬ ਤੋਂ ਜੁੜੇ ਹੋਏ ਨੇ। ਅਤੇ ਜੇ ਤੁਸੀਂ ਪੁਰਾਣੇ ਕ੍ਰਿਕਟ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਸ਼ਾਇਦ ਪਤਾ ਹੋਵੇ ਦੋਸਤੋ, ਜਦੋਂ ਅਸੀਂ 98 ਦੇ ਵਿੱਚ ਵਰਲਡ ਕੱਪ ਜਿੱਤਿਆ ਸੀ ਮੁਹੰਮਦ ਕੈਫ ਦੀ ਕੈਪਟਨਸ਼ਿਪ ਦੇ ਵਿੱਚ, ਤਾਂ ਉਸ ਫਾਈਨਲ ਦੇ ਵਿੱਚ ਹੈ ਸਾਡੇ ਮੈਨ ਆਫ ਦਾ ਮੈਚ, ਹਾਲਾਂਕਿ ਉਸ ਦੇ ਵਿੱਚ ਮੈਨ ਆਫ ਦਾ ਸੀਰੀਜ਼ ਤਾਂ ਯੁਵਰਾਜ ਸਿੰਘ ਸਨ, ਲੇਕਿਨ ਮੈਨ ਆਫ ਦਾ ਮੈਚ ਰਤਿੰਦਰ ਸੋਢੀ ਸੀ। ਰਤਿੰਦਰ ਸੋਢੀ ਵੀ ਭਾਰਤ ਦਾ ਇੱਕ ਫਾਰਮਰ ਕ੍ਰਿਕਟਰ ਹੈ ਅਤੇ ਉਸੇ ਦਾ ਜੋ ਹੈ ਕਜ਼ਨ ਹੈ ਇਹ ਰਾਜ ਬਾਵਾ। ਅਤੇ ਰਾਜ ਬਾਵਾ ਬਾਰੇ ਸਪੈਸ਼ਲੀ ਮੈਂ ਦੱਸਣਾ ਚਾਹਾਂਗਾ, ਫਾਈਨਲ ਦੇ ਵਿੱਚ ਇਹ ਵੀ ਮੈਨ ਆਫ ਦਾ ਮੈਚ ਰਿਹਾ। 5 ਇਸਨੇ ਵਿਕਟਸ ਲਈਆਂ ਦੋਸਤੋ, ਜੋ ਹੈ ਬੜੀ ਖੂਬਸੂਰਤ ਬੋਲਿੰਗ ਕੀਤੀ 31 ਰਨ ਲੈ ਕੇ, ਅਤੇ ਬਾਅਦ ਦੇ ਵਿੱਚ ਹੈ ਬੜੇ ਮਹੱਤਵਪੂਰਨ 35 ਰਨ ਦੀ ਹੈ ਇਹਨਾਂ ਨੇ ਇਨਿੰਗਸ ਵੀ ਖੇਡੀ। ਅਤੇ ਬੈਸਟ ਬੋਲਿੰਗ ਫਿਗਰਸ ਜੈਮੀ ਕੇਨਸ ਦੀਆਂ ਨੇ, ਜਿਨ੍ਹਾਂ ਨੇ 6 ਵਿਕਟਾਂ ਲੈ ਕੇ 24 ਰਨ ਦੇ ਕੇ 6 ਵਿਕਟਾਂ ਲਈਆਂ ਸਨ। ਤਾਂ ਇਹ ਚਾਰ ਬੜੀ ਇੰਪੋਰਟੈਂਟ ਨੇ, ਸਭ ਤੋਂ ਜ਼ਿਆਦਾ ਰਨ, ਸਭ ਤੋਂ ਜ਼ਿਆਦਾ ਵਿਕਟ, ਇੰਡੀਵਿਜੁਅਲ ਸਭ ਤੋਂ ਹਾਈਐਸਟ ਸਕੋਰ ਖੇਡਦੇ ਨੇ। ਅਤੇ ਦੋਸਤੋ ਇਹ ਚੈਂਪੀਅਨ ਹੈ ਜੀ ਵੈਸਟ ਇੰਡੀਜ਼ ਦੇ ਵਿੱਚ ਹੋਇਆ ਸੀ ਅਤੇ ਇਹ 14ਵਾਂ ਐਡੀਸ਼ਨ ਸੀ ਵਰਲਡ ਕੱਪ ਦਾ। ਅਤੇ ਹੁਣ ਇੰਡੀਆ 14 ਵਿੱਚੋਂ 5 ਵਰਲਡ ਕੱਪ ਹੈ ਜਿੱਤ ਚੁੱਕਿਆ ਹੈ। ਇਹ ਸਾਰੇ ਕਪਤਾਨਾਂ ਦਾ ਨਾਮ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਵੈਰੀ ਵੈਰੀ ਇੰਪੋਰਟੈਂਟ ਫੋਰ ਇੰਡੀਆ। ਹਾਂਜੀ, ਅਤੇ ਵੈਰੀ ਗੁੱਡ, ਨਾਲ ਨਾਲ ਜੋ ਸਟੂਡੈਂਟਸ ਲਿਖ ਰਹੇ ਨੇ, ਅਤੇ ਚਾਹਾਂਗਾ ਦੋਸਤੋ ਜੋ ਸਟੂਡੈਂਟ ਜੁੜੇ ਹੋਏ ਨੇ, ਚਾਹੇ ਉਹ ਵੀਨਸ ਹੋਵੇ, ਸਿੰਪਲੈਸਟ ਹੋਵੇ, ਪੀਜੀ ਯਾਦਵ, ਨਾਲ ਨਾਲ ਸੈਸ਼ਨ ਨੂੰ ਸ਼ੇਅਰ ਅਤੇ ਲਾਈਕ ਵੀ ਜ਼ਰੂਰ ਕਰਦੇ ਰਹੋ ਜੀ। ਤਾਂ ਚੌਥਾ ਪ੍ਰਸ਼ਨ ਇੱਕ ਅਪੁਆਇੰਟਮੈਂਟ ਨਾਲ ਜੁੜਿਆ ਹੈ। ਕੰਟਰੋਲਰ ਜਨਰਲ ਆਫ ਅਕਾਊਂਟਸ ਜੋ ਹੈ, ਇਹ ਜੋ CGA ਅਸੀਂ ਇਸ ਨੂੰ ਬੋਲ ਦਿੰਦੇ ਹਾਂ, ਇੱਥੇ ਮੈਂ ਸਪੈਸ਼ਲੀ ਦੱਸਣਾ ਚਾਹਾਂਗਾ, ਮੈਂ CAG ਦੀ ਗੱਲ ਨਹੀਂ ਕਰ ਰਿਹਾ, ਮੈਂ ਕੰਟਰੋਲਰ ਐਂਡ ਆਡੀਟਰ ਜਨਰਲ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਕੰਟਰੋਲਰ ਜਨਰਲ ਆਫ ਅਕਾਊਂਟਸ ਦੀ, ਜੋ ਰੀਸੈਂਟਲੀ ਕਿਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ। ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ ਦੋਸਤੋ ਇਹ ਅਪੁਆਇੰਟਮੈਂਟ ਹੁੰਦੀ ਹੈ। ਰਵੀ ਮਿੱਤਲ, ਸੋਨਾਲੀ ਸਿੰਘ, GA ਸ਼੍ਰੀਨਿਵਾਸ ਮੂਰਤੀ ਜਾਂ GAV ਰੈਡੀ, ਇਸ ਦਾ ਸਹੀ ਉੱਤਰ ਕਿਆ ਹੈ? ਅਤੇ ਫਿਰ ਦੋਸਤੋ ਹਰ ਵਾਰ ਮੈਂ ਇੱਕ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਹੈ ਅਪੁਆਇੰਟਮੈਂਟ ਦਾ ਜਾਂ ਮੀਟਿੰਗ ਦਾ, ਮੈਂ ਤੁਹਾਨੂੰ ਜ਼ਰੂਰ ਕਹਿਣਾ ਉਹੀ ਮੇਰਾ ਸੇਮ ਡਾਇਲੋਗ ਕਿ ਮੈਂ ਉਮੀਦ ਕਰਦਾ ਕਿ ਤੁਹਾਨੂੰ ਜ਼ਰੂਰ ਯਾਦ ਹੋਵੇਗਾ ਕਿ ਪੁਰਤਗਾਲ ਦੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਬਣੇ ਨੇ। ਮੈਂ ਉਮੀਦ ਕਰਦਾ ਕਿ ONGC ਦੀ ਨਵੀਂ ਚੇਅਰਮੈਨ ਕੌਣ ਬਣੀ ਹੈ, ਜਾਂ ਫਿਰ HPSL ਦੇ ਨਵੇਂ ਚੇਅਰਮੈਨ ਕੌਣ ਬਣੇ ਨੇ। ਇਸ ਤੋਂ ਇਲਾਵਾ ਇਟਲੀ ਦੇ ਜੋ ਹੈ ਦੁਬਾਰਾ ਇਲੈਕਟ ਹੋਏ ਪ੍ਰੈਜੀਡੈਂਟ ਕੌਣ ਨੇ, ਜਾਂ ਫਿਰ ਹੋਂਡਾਰਸ ਦੀ ਜੋ ਹੈ ਪਹਿਲੀ ਫੀਮੇਲ ਪ੍ਰੈਜੀਡੈਂਟ ਕੌਣ ਬਣੀ ਹੈ, ਇੰਡੀਆ ਦੇ ਆਰਮੀ ਦੇ ਵਾਈਸ ਚੀਫ ਉਹ ਕਿਹਨਾਂ ਨੂੰ ਬਣਾਇਆ ਗਿਆ ਹੈ, ਇੰਡੀਅਨ ਕੋਸਟ ਗਾਰਡ ਦੇ ਨਵੇਂ ਚੀਫ ਕੌਣ ਨੇ। ਇਹ ਸਾਰੀਆਂ ਮਹੱਤਵਪੂਰਨ ਅਪੁਆਇੰਟਮੈਂਟਸ ਜੋ ਪਿਛਲੇ ਅਸੀਂ 1.5 ਮਹੀਨੇ 2 ਮਹੀਨੇ ਦੇ ਵਿੱਚ ਕੀਤੀਆਂ ਨੇ, ਤੁਹਾਨੂੰ ਜ਼ਰੂਰ ਯਾਦ ਹੋਣਗੀਆਂ। ਤਾਂ ਇਸ ਦੇ ਵਿੱਚ ਸਹੀ ਉੱਤਰ ਹੈ, ਵੈਸੇ ਉੱਤਰ ਹੈ ਸੋਨਾਲੀ ਸਿੰਘ ਦੋਸਤੋ, ਅਤੇ ਇਹਨਾਂ ਨੂੰ ਹੈ ਗਵਰਨਮੈਂਟ ਆਫ ਇੰਡੀਆ ਨੇ ਜੋ ਹੈ ਅਪੁਆਇੰਟ ਕੀਤਾ ਹੈ। ਇਹ ਜੋ ਆਫਿਸ ਆਫ CGA ਹੈ ਦੋਸਤੋ, ਇਹ ਮੰਥਲੀ ਅਤੇ ਐਨੂਅਲ ਜੋ ਵੀ ਗਵਰਨਮੈਂਟ ਆਫ ਇੰਡੀਆ ਦੇ ਐਕਸਪੈਂਡੀਚਰ ਹੁੰਦੇ ਨੇ, ਰੈਵਨਿਊਜ਼, ਬੋਰਵਿੰਗਸ ਜਾਂ ਵੇਰੀਅਸ ਫਿਸਕਲ ਇੰਡੀਕੇਟਰਸ ਹੁੰਦੇ ਨੇ, ਉਹ ਉਹਨਾਂ ਦਾ ਐਨਾਲਿਸਿਸ ਕਰਨਾ ਹੀ ਇਹਨਾਂ ਦਾ ਮੁੱਖ ਤੌਰ 'ਤੇ ਕੰਮ ਹੁੰਦਾ ਹੈ। ਅਤੇ ਇਸ ਪੋਸਟ ਦਾ ਜੋ ਨਾਮ ਹੈ ਕੰਟਰੋਲਰ ਜਨਰਲ ਆਫ ਅਕਾਊਂਟਸ, ਅਤੇ ਸੋਨਾਲੀ ਸਿੰਘ ਨੂੰ ਇਹ ਚੁਣਿਆ ਗਿਆ ਹੈ ਜੀ। ਅਤੇ ਇਸ ਦੇ ਨਾਲ ਹੀ ਨਾਲ ਉਮੀਦ ਕਰਾਂਗਾ ਕਿ ਇਹ ਸਾਰੀਆਂ ਜੋ ਅਪੁਆਇੰਟਮੈਂਟਸ ਨੇ, ਜੇ ਤੁਹਾਨੂੰ ਯਾਦ ਨੇ, ਇਸ ਤੋਂ ਇਲਾਵਾ ਜੋ ਹੈ ਚੀਫ ਇਕਨੋਮਿਕ ਐਡਵਾਈਜ਼ਰ ਦੀ ਵੀ ਗੱਲ ਕਰਾਂਗਾ, ਤਾਂ ਇਹ ਸਾਰੇ ਜੇ ਤੁਹਾਨੂੰ ਆਉਂਦੇ ਨੇ ਤਾਂ ਇੱਕ ਵਾਰ ਮੈਨੂੰ ਯੈਸ ਸਰ ਲਿਖ ਕੇ ਜ਼ਰੂਰ ਦੱਸੋ, ਜੇ ਨਹੀਂ ਆਉਂਦੇ ਨੇ ਤੁਸੀਂ ਮੈਨੂੰ ਨੋ ਸਰ ਲਿਖ ਕੇ ਵੀ ਦੱਸ ਸਕਦੇ ਹੋ। ਉਮੀਦ ਤਾਂ ਹੀ ਕਰਾਂਗਾ ਕਿ ਤੁਹਾਨੂੰ ਐਟਲੀਸਟ ਯਾਦ ਹੋਣਗੇ ਵਿਦਆਊਟ ਆਪਸ਼ਨ,
क्योंकि ऑप्शन नाल तां हुण तुहानूं इह गल्लां याद हो ही गई होणगियां क्योंकि इन्नी बार है मैं तुहानूं जो है रिपीट कर चुकिया, लेकिन विदाउट ऑप्शन भी तुहानूं नाल नाल याद होनी चाहीदियां ने। चलते हैं अगले प्रश्न से। अगला प्रश्न है चौरी चौरा इंसीडेंट के नाल। हालांकि इतने बड़ी हैरानी की गल है, 1922 दे विच दोस्तों यह इंसीडेंट होया सी, अते हुण असीं कह सकते हैं कि 100वां साल है वह शुरू होया है, मतलब 99 पूरे हो चुके हैं, 100वां साल असीं इहनूं जो है असीं ओबजर्व कर रहे हैं, सैलीब्रेट तो नहीं कह सकता, ओबजर्व कर रहे हैं। अते लास्ट ईयर भी जो है गवर्नमेंट ने इसनूं कहा सी कि असीं 99 ईयरस है 98 ईयरस पूरे हो चुके हैं, तो लास्ट ईयर भी गवर्नमेंट ने इसनूं रिकोगनाइज किया सी, अते खबर आई सी इस बार फिर प्राइम मिनिस्टर ने इस मौके पर है देश नूं पूरे देश नूं है गांधी जी के रास्ते ते है चलन बारे प्रेरित किया है। दोस्तों चौरी चौरा जिन्हां बच्चों नूं नहीं पता उन्होंने दस देना, लेकिन उस तो पहले प्रश्न के विच की लिखा है वो मैं दस देव, ये दो पॉइंट्स ने, ये लिखा कि जो चौरी चौरा है एक टाउन है एक कस्बा है जो गोरखपुर डिस्ट्रिक्ट उत्तर प्रदेश के विच है, अते ये जो इंसीडेंट है क्विट इंडिया मूवमेंट नाल जुड़िया होया है। ये तुसीं दसो पहला ठीक दूजा ठीक दोनों ही ठीक या दोनों ही गलत ने, अते जिहड़े बच्चे सी उत्तर दे रहे हैं तो डेफिनेटली उन्होंने इस दे बारे ज़्यादा पता नहीं, क्योंकि जदों 1920 दे विच हिंदुस्तान दे विच गांधी जी ने नॉन कोऑपरेशन मूवमेंट शुरू की सी, अते उसका जो बेसिक आइडिया सी कि असी यह मूवमेंट अंग्रेजा के खिलाफ है और स्वदेशी नूं प्रमोट करना है, उन्होंने प्रोडक्ट्स नूं बायकॉट करना है, अते होर बहुत सारे जो इस दे विच प्रोग्राम सी, लेकिन उस दे विचों सब तो इंपॉर्टेंट रखिया सी कि असी किसी भी तरह का जो ईवेंट करांगे वह बड़े ही नॉन वायलेंस तरीके नाल करांगे, लेकिन गुरपुर दे इस टाउन दे विच है दोस्तों एक झड़प के दौरान जदों है काफ़ी सारे लोगों नूं मार दिता सी, अते बाद दे विच लोगों ने गुस्से दे विच आके उत्थों दे पुलिस स्टेशन नूं अग ला दित्ती सी, जिस दे विच काफ़ी पुलिस वाले जिंदा जल गए सन, अते इस तों बाद गांधी जी ने जो है ये पूरी जो मूवमेंट है वापस लै ली सी। तां 5 फरवरी नूं है दोस्तों इस चौरा चोरी जो है ये इंसीडेंट होया सी, कुछ कितने 4 भी लिखा जाता है कितने 5 भी लिखा जाता है, ठीक है, ज़्यादातर यह जो है 5 तरीक है मनी जाती है, अते इसका जो सही उत्तर है ये है क्योंकि यह क्विट इंडिया मूवमेंट नाल नहीं, यह नॉन कोऑपरेशन सहयोग अंदोलन के नाल है जुड़िया होया है। उत्तर प्रदेश के गोरखपुर काफ़ी न्यूज़ के रहा है क्योंकि गोरखपुर इस करके भी न्यूज़ के होंगे क्योंकि उत्थों के जो मुख्यमंत्री ने जिन्हों का नाम योगी आदित्यनाथ है वह दोस्तों उत्थों ही है, काफ़ी बार लोग सभा का इलैक्शन लड़े ने, इस बार कहा जा रहा है कि अपना वो शायद विधानसभा का इलैक्शन भी उत्थों ही लड़नगे, तो उत्तर प्रदेश की गल हो ही रही है, इलैक्शन की गल हो ही रही है, तो नाल जो है पंजाब की इलैक्शन की भी असं गल कर लिए थोड़ी जी, हालांकि कोई फैक्चुअल बेस्ड नहीं है, हालांकि कोई पेपर में आने वाली गल नहीं है, लेकिन इतने यही दसना है कि दोस्तों हरेक पार्टी अपना अपना मुख्यमंत्री का कैंडीडेट है वह दस चुकी है, जिस दे विच हुण जो लेटेस्ट जो अपडेट कांग्रेस वालों है जिन्होंने अपना मुख्यमंत्री कैंडीडेट चरणजीत चन्नी नूं है दस दिता है कि वह साडे मुख्यमंत्री कैंडीडेट होणगे जे कांग्रेस पार्टी जीतती है, इस अलावा भगवंत सिंह होण चाहे सुखबीर बादल होण सारे दे सारे जो अपनी पार्टियां हैं मजबूती दे नाल लड़ रही ने, 20 तरीक नूं जो है वोटां पैणगियां, अते सारे दे सारे स्टूडेंट्स जो साडे नाल जुड़े हुंदे ने हुम हुमा के तुसीं भी अपने अपने इलाके दे विच अपने अपने विधानसभा सीटां दे विच तुसीं है वोटां पाउणियां ने। इत्थे की कोई इस तरह दा स्टूडेंट है जिसनूं अपनी विधानसभा सीट दा नाम ही ना पता होवे, शायद होना तो नहीं चाहिए, लेकिन फिर भी जो है दोस्तों इन गल्लां का पता होना चाहिए क्योंकि ज़्यादातर अजकल जो है स्टूडेंट्स या फिर जो नवा यूथ है कहता कि आई डोंट हैव एनी टाइप ऑफ इंटरस्ट इन पॉलिटिक्स, तो होना जरूर चाहिए है, वोट जरूर पानी चाहिए है क्योंकि बड़ा इंपॉर्टेंट है, क्योंकि इसे लिए है साढ़े बहुत सारे जो शहीद ने दोस्तों उन्होंने अपनी कुर्बानी दी सी, जो साढ़े हिंदुस्तान के या पंजाब के जो भगत सिंह हो चाहे कोई भी वड्डे लीडर्स हों, तो हुण सानू वो जो हक जो बड़ी शिद्दत दे नाल ऐसी शहादत दे नाल पाया है उसनू जरूर है यूज़ करना चाहिए है। अते इत्थे जो है पता है तो बहुत ही वधिया, अते मैं चलदा हाँ जी अगले प्रश्न इस नाल। अते अगला प्रश्न है दोस्तों कि इन्हां विचों किहड़ा कंट्री है जिसने अपने दोस्तों क्वांटम कम्यूनीकेशन जो है टैक्नीक है उस नाल जुड़िया एक सैटेलाइट है वह बनाया है जिसका नाम मीशियस है। हुण इत्थे क्वांटम कम्यूनीकेशन का मतलब की है ते ये दोस्तों किस तरह काम करता है, मोटे तौर पर जो मैं गल करा आम तौर पर जो भी कोई कंप्यूटर है दोस्तों कोई मशीन काम करती है तो साडा जो ट्रेडिशनल मैथड है 0 अते 1 इस लैंग्वेज दे विच है वह काम करती है, लेकिन ये जो एडवांस कंप्यूटर्स ने एडवांस क्वांटम कम्यूनीकेशन है तो यह जो है दोस्तों 0 एंड 1 दे विच हार्ड एंड फास्ट कोई रूल नहीं है, 0 दे विच भी काम कर सकती है 1 दे विच भी काम कर सकती है, जिस करके इसनों डीकोड करना जिस करके इसनों हैक करना बहुत ही मुश्किल है नैक्सट टू इंपॉसीबल है। अते हुण इसरो न्यूज़ दे विच इस करके है क्योंकि इसरो ने भी इसनों है इस टैक्नीक नूं हासिल कर लिया है, अते इस तो पहला कई सारे देश इस टैक्नीक नूं हासिल कर चुके हैं, जिस दे विच दोस्तों एक देश है जिसने अपने क्वांटम कम्यूनीकेशन का जो नाम है सैटेलाइट का नाम है वह
ਮੀਸ਼ਸ ਰੱਖਿਆ ਸੀ ਅਤੇ ਇਸ ਦਾ ਜੋ ਨਾਮ ਹੈ ਦੈਟ ਇਜ਼ ਚਾਈਨਾ। ਕਈ ਬੱਚੇ ਉੱਤਰ ਦੇ ਵੀ ਚੁੱਕੇ ਨੇ ਅਤੇ ਇੱਥੇ ਕੁਝ ਸਪੈਸੀਫਿਕ ਸਟੂਡੈਂਟਸ ਨੇ ਜੋ ਹਰ ਇੱਕ ਪ੍ਰਸ਼ਨ ਦਾ ਉੱਤਰ ਦਿੰਦੇ ਨੇ, ਚਾਹੇ ਉਹ ਵੀਨਸ ਹੋਵੇ, ਜੇ ਐਸ ਕੌਸ਼ਿਕ ਹੋਵੇ। ਮੈਂ ਚਾਹੁੰਦਾ ਕਿ ਜਿੰਨੇ ਵੀ ਬੱਚੇ ਹਰ ਰੋਜ਼ ਜੁੜਦੇ ਨੇ ਸਾਰੇ ਦੇ ਸਾਰੇ ਉੱਤਰ ਦਿਆ ਕਰੋ, ਤਾਂ ਕਿ ਜੋ ਹੈ ਤੁਹਾਡਾ ਪਾਰਟੀਸਪੇਸ਼ਨ ਦੇ ਵਿੱਚ ਵੀ ਤੁਹਾਡਾ ਇਸ ਕਲਾਸ ਦੇ ਵਿੱਚ ਪਾਰਟੀਸਪੇਸ਼ਨ ਵੱਧ, ਮਤਲਬ ਦੋਸਤੋ ਬਹੁਤ ਵੱਡੇ ਸਤਰ 'ਤੇ ਹੋ ਸਕੇ। ਹਾਂਜੀ, ਠੀਕ ਹੈ। ਤਾਂ ਈਸਟ ਪ੍ਰੋਜੈਕਟ ਫੋਰ ਦਾ ਆਰਟੀਫਿਸ਼ਲ ਸਨ। ਹਾਂਜੀ, ਤਾਂ ਜਦੋਂ ਅਸੀਂ ਇਸਰੋ ਦੀ ਗੱਲ ਕਰ ਹੀ ਰਹੇ ਹਾਂ, ਤਾਂ ਇਸਰੋ ਅਤੇ ਸੈਕ ਦੋਸਤੋ ਇਹਨਾਂ ਨੇ ਮਿਲ ਕੇ ਇਹ ਜੋ ਹੈ ਐਕਸਪੈਰੀਮੈਂਟ ਕੀਤਾ ਜੋ ਸਕਸੈਸਫੁਲ ਰਿਹਾ। ਤਾਂ ਮੈਨੂੰ ਨਾਲ ਹੀ ਨਾਲ ਦੱਸ ਦਵੋ ਕਿ ਇਸਰੋ ਦੇ ਨਵੇਂ ਚੇਅਰਮੈਨ ਕੌਣ ਬਣੇ ਨੇ, ਉਹਨਾਂ ਦਾ ਕੀ ਨਾਮ ਹੈ। ਦਸੰਬਰ ਦੇ ਵਿੱਚ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ, ਜਨਵਰੀ ਦੇ ਵਿੱਚ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ, ਸੋਰੀ 13 ਜਾਂ 14 ਜਨਵਰੀ ਨੂੰ ਉਹਨਾਂ ਨੇ ਇਸ ਨੂੰ ਸੰਭਾਲਿਆ ਸੀ। ਤਾਂ ਐਕਸਪੈਰੀਮੈਂਟ ਵਾਸ ਪਰਫੋਰਮਡ ਐਟ ਨਾਈਟ ਟੂ ਇਨਸ਼ੋਰ ਨੋ ਇੰਟਰਫੇਰੈਂਸ ਆਫ ਡਾਇਰੈਕਟ ਸਨਲਾਈਟ। ਮਿਸ਼ਨ ਔਰ ਮੋਸਟ ਆਫ ਮਿਸ਼ਨ ਕ੍ਰਿਟਿਕ ਟੈਕਨੋਲੋਜੀਜ਼ ਵਰ ਬਿਲਟ ਬਾਈ ਇਸਰੋ ਇਨ ਹਾਊਸ। ਜ਼ਿਆਦਾਤਰ ਚੀਜ਼ਾਂ ਮੇਡ ਇਨ ਇੰਡੀਆ ਨੇ, ਤਾਂ ਬਹੁਤ ਹੀ ਵੱਡੀ ਛਲਾਂਗ ਹੈ। ਇਸ ਤੋਂ ਇਲਾਵਾ ਚਾਈਨਾ ਹੈ ਦੋਸਤੋ 2016 ਦੇ ਵਿੱਚ ਇਸ ਟੈਕਨੀਕ ਨੂੰ ਪਾ ਚੁੱਕਿਆ ਹੈ। ਚਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਹੈ ਕਿ ਸਕੀਮ ਹੈ ਇੱਕ ਸ਼੍ਰੇਸ਼ਟ, ਇਹ ਜੋ ਸ਼੍ਰੇਸ਼ਟ ਸਕੀਮ ਹੈ ਦੋਸਤੋ, ਇਹ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਿਨਿਸਟਰੀ ਨੇ ਸ਼ੁਰੂ ਕੀਤੀ ਸੀ। ਇੱਥੇ ਜੋ ਹੈ ਮੈਨੂੰ ਤੁਸੀਂ ਦੱਸੋ ਜਲਦੀ ਨਾਲ, ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਿਨਿਸਟਰ ਕੌਣ ਨੇ ਸਾਡੇ ਇੰਡੀਆ ਦੇ, ਅਤੇ ਉਸਦਾ ਪਰਪਸ ਕੀ ਹੈ? ਇਹ ਸ਼੍ਰੇਸ਼ਟ ਸਕੀਮ ਜੋ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਨੇ ਸ਼ੁਰੂ ਕੀਤੀ ਸੀ, ਇਸ ਦਾ ਮਕਸਦ ਹੈ ਤਾਂ ਕਿ ਦੋਸਤੋ ਜੋ ਬਜ਼ੁਰਗ ਲੋਕ ਨੇ ਉਹਨਾਂ ਨੂੰ ਸੁਣਦਾ ਨਹੀਂ ਹੈ, ਤਾਂ ਉਹਨਾਂ ਨੂੰ ਕੁਝ ਮਸ਼ੀਨਾਂ ਲਿਆ ਕੇ ਦਿੱਤੀਆਂ ਜਾਣ, ਤਾਂ ਕਿ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੁਣ ਸਕੇ। ਜਾਂ ਫਿਰ ਜੋ ਹੈ ਰੈਜ਼ੀਡੈਂਸ਼ੀਅਲ ਸਕੂਲਿੰਗ ਟੂ ਮੈਰਿਟੀਅਸ, ਜੋ ਐਸ ਸੀ ਕੈਟੇਗਰੀ ਨਾਲ ਬੱਚੇ ਜੁੜੇ ਨੇ, ਤਾਂ ਉਹਨਾਂ ਨੂੰ ਵਜ਼ੀਫੇ ਦੇ ਕੇ ਹੈ ਦੋਸਤੋ ਹੈ ਪੜ੍ਹਾਈ ਕਰਵਾਈ ਜਾਵੇ, ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹ ਲਿਖ ਕੇ ਹੈ ਆਪਣਾ ਨਾਮ ਰੋਸ਼ਨ ਕਰ ਸਕਣ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਸਕਣ। ਜਾਂ ਫਿਰ ਦੋਸਤੋ ਜੋ ਡੈਸਟੀਟਿਊਟ ਵੂਮੈਨਸ ਨੇ, ਠੀਕ ਹੈ, ਉਹਨਾਂ ਦੇ ਰਿਹੈਬਿਲੇਸ਼ਨ ਸੈਂਟਰਸ ਨਾਲ ਜੁੜੀ ਹੈ, ਜਾਂ ਫਿਰ ਕੋਈ ਵੀ ਨਹੀਂ ਹੈ, ਨਨ ਆਫ ਦ ਅਬਵ ਹੈ, ਤਾਂ ਇਸਦਾ ਸਹੀ ਉੱਤਰ ਕੀ ਹੈ? ਨਾਲ ਹੀ ਨਾਲ ਕਿਰਨ ਅਟਵਾਲ, ਵੈਰੀ ਗੁੱਡ, ਸਾਡੇ ਸੋਸ਼ਲ ਜਸਟਿਸ ਐਂਡ ਪਾਵਰ ਮਿਨਿਸਟਰ ਵਰਿੰਦਰ ਕੁਮਾਰ ਜੀ ਨੇ, ਵੈਰੀ ਗੁੱਡ। ਅਤੇ ਇਹ ਸਕੀਮ ਜੋ ਸ਼ਡਿਊਲ ਕਾਸਟ ਦੇ ਸਟੂਡੈਂਟਾਂ ਨਾਲ ਜੁੜੀ ਹੈ, ਮੈਰਿਟੀਅਸ ਸਟੂਡੈਂਟ ਜਿਨ੍ਹਾਂ ਨੂੰ ਵਜ਼ੀਫੇ ਹੈ ਗਵਰਨਮੈਂਟ ਸ਼੍ਰੇਸ਼ਟ ਸਕੀਮ ਦੇ ਤਹਿਤ ਦੇਣ ਜਾ ਰਹੀ ਹੈ। ਇਸ ਦੇ ਵਿੱਚ ਮੈਂ ਥੋੜ੍ਹਾ ਪੜ੍ਹ ਦੇਣਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦੋਸਤੋ ਜੋ ਐਸ ਸੀ ਕੈਟਾਗਰੀ ਨਾਲ ਜੁੜੇ ਸਟੂਡੈਂਟਸ ਨੇ, ਸਪੈਸ਼ਲੀ ਜੋ 9ਵੀਂ ਤੋਂ 12ਵੀਂ ਨੇ, ਉਹਨਾਂ ਦੇ ਵਿੱਚ ਹੈ ਜੋ ਗਵਰਨਮੈਂਟ ਉਹਨਾਂ ਨੂੰ ਹੈਲਪ ਕਰੇਗੀ, ਹਾਈ ਕੁਆਲਿਟੀ ਰੈਜੀਡੈਂਸ਼ੀਅਲ ਸਕੂਲ, ਚੰਗੇ ਸਕੂਲਾਂ ਦੇ ਵਿੱਚ ਉਹਨਾਂ ਦੇ ਦਾਖਲੇ ਕਰਵਾਏਗੀ, ਉਸਦਾ ਪੂਰਾ ਪੈਸਾ ਹੈ ਗਵਰਨਮੈਂਟ ਦੇਵੇਗੀ। ਟੂ ਇੰਪਲੀਮੈਂਟ ਦੀ ਸਕੀਮ, ਨੀਤੀ ਆਯੋਗ ਹੈਜ਼ ਰਿਕੋਗਨਾਈਜ਼ ਰਿਪਿਊਟਡ ਨੋਨ ਪਬਲਿਕ ਰੈਜੀਡੈਂਸ਼ੀਅਲ ਫੈਸਿਲਿਟੀਜ਼ ਇਨ ਐਸਪੀਰੇਸ਼ਨਲ ਡਿਸਟ੍ਰਿਕਟਸ। ਤਾਂ ਦੋਸਤੋ ਕੁਝ ਡਿਸਟ੍ਰਿਕਟ ਦੇ ਵਿੱਚ ਇਸ ਨੂੰ ਮਤਲਬ ਇਨੀਸ਼ੀਅਲ ਤੌਰ 'ਤੇ ਲਾਗੂ ਕੀਤਾ ਜਾਏਗਾ, ਆਹਿਸਤਾ ਆਹਿਸਤਾ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਿਆ ਜਾਏਗਾ। ਇਸ ਦੇ ਵਿੱਚ ਮੁੱਖ ਤੌਰ 'ਤੇ ਜੋ ਪੈਸਾ ਗਵਰਨਮੈਂਟ 300 ਕਰੋੜ ਤੋਂ ਜ਼ਿਆਦਾ ਲੱਗਣ ਦੀ ਸੰਭਾਵਨਾ ਹੈ, ਅਤੇ ਦੋਸਤੋ ਇਹ ਜੋ ਹੈ 24,800 ਤੋਂ ਵੀ ਜ਼ਿਆਦਾ ਸਟੂਡੈਂਟਸ ਨੂੰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੈਲਪ ਕਰੇਗੀ। ਤਾਂ ਇਹ ਸ਼ਡਿਊਲ ਕਾਸਟ ਨਾਲ ਜੁੜੇ ਜੋ ਸਟੂਡੈਂਟਸ ਨੇ 9ਵੀਂ ਤੋਂ 12ਵੀਂ ਦੇ, ਉਹਨਾਂ ਨੂੰ ਹੈ ਉਹਨਾਂ ਨੂੰ ਜੋ ਫੈਸਿਲਿਟੀਜ਼ ਹੈ ਪ੍ਰਵਾਉਣ ਦੇ ਵਿੱਚ ਉਹ ਕਰੇਗੀ। ਇਸ ਦਾ ਜੋ ਨਾਮ ਹੈ ਸ਼੍ਰੇਸ਼ਟ ਸਕੀਮ, ਪਾਲਿਸੀ ਐਂਡ ਪ੍ਰੋਗਰਾਮ, ਵੈਰੀ ਵੈਰੀ ਇੰਪੋਰਟੈਂਟ। ਦੋਸਤੋ ਇਹ ਜੋ ਫੋਟੋ ਹੈ ਬੀਆਰ ਅੰਬੇਦਕਰ ਜੀ ਦੀ ਹੈ, ਅਤੇ ਸ਼੍ਰੇਸ਼ ਸਕੀਮ ਹੈ ਇਹ ਜੁੜੀ ਹੋਈ ਹੈ ਸ਼ਡਿਊਲ ਕਾਸਟ ਦੇ ਸਟੂਡੈਂਟਸ ਨਾਲ। ਅੱਠਵਾਂ ਕੁਐਸਚਨ ਹੈ ਕਿ ਢੋਲਸ, ਹੁਣ ਢੋਲਸ ਹੈ ਕਿ ਦੋਸਤੋ, ਢੋਲਸ ਹੁੰਦੇ ਨੇ ਇੱਕ ਕੈਟਾਗਰੀ ਹੈ, ਇੱਕ ਕਿਸਮ ਹੈ ਕੁੱਤਿਆਂ ਦੀ, ਅਤੇ ਦੋਸਤੋ ਇਹ ਜੋ ਕੁੱਤੇ ਨੇ ਜ਼ਿਆਦਾਤਰ ਹੈ ਠੰਡੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਉਸ ਨਾਲ ਜੁੜਿਆ ਇਹ ਕੁਐਸਚਨ ਹੈ। ਇਹਨਾਂ ਨੂੰ ਏਸ਼ੀਅਨ ਵਾਈਲਡ ਡੋਗਸ ਵੀ ਕਹਿੰਦੇ ਨੇ, ਅਤੇ ਮੁੱਖ ਤੌਰ 'ਤੇ ਇਹ ਸੈਂਟਰਲ ਏਸ਼ੀਆ, ਸਾਊਥ ਈਸਟ ਏਸ਼ੀਆ ਜਾਂ ਫਿਰ ਈਸਟ ਏਸ਼ੀਆ, ਜਾਂ ਦੋਸਤੋ ਉੱਥੇ ਇਹਨਾਂ ਦੀ ਜੋ ਹੈ ਐਗਜ਼ਿਸਟੈਂਸ ਮਿਲਦੀ ਹੈ। ਦੂਜਾ, ਇਹਨਾਂ ਨੂੰ IUCN ਦੀ ਲਿਸਟ ਦੇ ਵਿੱਚ ਕ੍ਰਿਟੀਕਲੀ ਇੰਡੇਂਜਰਡ ਮੰਨਿਆ ਗਿਆ ਹੈ। IUCN ਦਾ ਜ਼ਿਕਰ ਅਸੀਂ ਪਿਛਲੇ ਕਾਫੀ ਦਿਨਾਂ ਦੇ ਵਿੱਚ ਕਰ ਚੁੱਕੇ ਹਾਂ ਜੀ, ਠੀਕ ਹੈ, ਅਤੇ ਮੈਂ ਉਮੀਦ ਕਰਾਂਗਾ ਤੁਸੀਂ ਮੈਨੂੰ ਇਸਦਾ ਫੁੱਲ ਫਾਰਮ ਵੀ ਦੱਸ ਦੇਵੋਗੇ, ਅਤੇ ਉਮੀਦ ਕਰਦਾ ਕਿ ਇਸ ਦੀ ਫਾਰਮੇਸ਼ਨ ਕਦੋਂ ਹੋਈ ਸੀ ਉਹ ਵੀ ਜ਼ਰੂਰ ਮੈਨੂੰ ਤੁਸੀਂ ਦੱਸ ਦੇਵੋਗੇ। ਕ੍ਰਿਟੀਕਲ ਇੰਡੇਂਜਰਡ, ਕਾਫੀ ਸਾਰੀਆਂ ਇਸ ਦੀਆਂ ਕੈਟਾਗਰੀਜ਼ ਨੇ ਜਿਹਦੇ ਵਿੱਚ ਕੁਝ ਸਪੀਸੀਜ਼ ਨੂੰ ਇਹ ਇੰਡੇਂਜਰਡ ਮੰਨਦੇ ਨੇ, ਕੁਝ ਨੂੰ ਕ੍ਰਿਟੀਕਲ ਇੰਡੇਂਜਰਡ ਮੰਨਦੇ ਨੇ, ਅਤੇ ਜੋ ਹੈ ਦੋਸਤੋ ਇਸ ਦੀ ਫਾਰਮੇਸ਼ਨ ਕਦੋਂ ਹੋਈ ਅਤੇ ਇਸਦਾ ਫੁੱਲ ਫਾਰਮ ਕੀ ਹੈ, ਜੋ ਆਮ ਤੌਰ 'ਤੇ ਇਨਵਾਇਰਮੈਂਟ ਨਾਲ ਜੁੜੇ ਇਹਨਾਂ ਜਾਨਵਰਾਂ ਨੂੰ ਹੈ, ਜਾਂ ਇਹਨਾਂ ਦੋਸਤੋ ਜੋ ਹੈ ਕੀੜੇ ਮਕੌੜਿਆਂ ਦੀ ਜੋ ਸਪੀਸੀਜ਼ ਦੇ ਉੱਪਰ ਹੈ, ਤਾਂ ਕਿ ਉਹਨਾਂ ਨੂੰ ਹੈ ਦੋਸਤੋ ਬਚਾਇਆ ਜਾ ਸਕੇ, ਕੰਜ਼ਰਵ ਕਰਿਆ ਜਾ ਸਕੇ, ਉਸ ਦੇ ਲਈ ਇਹ ਕੰਮ ਕਰਦਾ ਹੈ। ਅਤੇ ਇਸਦਾ ਹੈੱਡਕੁਆਟਰ ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਅਸੀਂ ਲਾਸਟ ਕਲਾਸ ਦੇ ਵਿੱਚ ਵੀ ਗੱਲ ਕੀਤੀ ਸੀ, ਸਵਿਟਜ਼ਰਲੈਂਡ ਦੇ ਵਿੱਚ ਸੀ, ਸਵਿਟਜ਼ਰਲੈਂਡ ਦੇ ਕਿਹੜੇ ਜੋ ਹੈ ਇਲਾਕੇ ਦੇ ਵਿੱਚ ਸੀ, ਕਿਹੜੇ ਸ਼ਹਿਰ ਦੇ ਵਿੱਚ ਵੀ, ਉਹ ਵੀ ਤੁਹਾਨੂੰ ਜ਼ਰੂਰ ਯਾਦ ਹੋਵੇਗਾ। ਅਤੇ ਗੁਰਦੀਪ ਸਿੰਘ ਕਹਿ ਰਹੇ ਨੇ ਕਿ 1964, ਵੈਰੀ ਗੁੱਡ, ਠੀਕ ਹੈ, ਲੇਕਿਨ IUCN ਦਾ ਜੋ ਕ੍ਰਿਟੀਕਲੀ ਇੰਡੇਂਜਰਡ ਡਿਪਾਰਟਮੈਂਟ ਹੈ ਉਹ ਜ਼ਰੂਰ 1964 ਦੇ ਵਿੱਚ ਬਣਿਆ, ਲੇਕਿਨ ਇਸ ਦੀ ਫਾਰਮੇਸ਼ਨ 1948 ਦੇ ਵਿੱਚ ਹੋ ਗਈ ਸੀ। ਅਤੇ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਇਸਦਾ ਹੈੱਡਕੁਆਟਰ ਹੈ ਦੋਸਤੋ। ਇਸ ਦੇ ਵਿੱਚ ਸਿਰਫ ਪਹਿਲਾ ਪੁਆਇੰਟ ਠੀਕ ਹੈ, ਕਿਉਂਕਿ ਇਹ ਜੋ ਢੋਲਸ ਨੇ ਇਹ ਜੋ ਏਸ਼ੀਅਨ ਵਾਈਲਡ ਡੋਗਸ ਨੇ, ਸ਼ਿਕਾਰੀ ਕੁੱਤੇ, ਇਹ ਦੋਸਤੋ ਕ੍ਰਿਟੀਕਲੀ ਇੰਡੇਂਜਰਡ ਨਹੀਂ, ਇੰਡੇਂਜਰਡ ਕੈਟਾਗਰੀ ਦੇ ਵਿੱਚ ਹੈ ਉਹ ਇੰਕਲੂਡਡ ਨੇ, ਤਾਂ ਇਸਦਾ ਜੋ ਸਟੇਟਸ ਹੈ ਦੈਟ ਇਜ਼ ਦਾ ਡੇਂਜਰ ਢੋਲੇ, ਇਟ ਇਜ਼
ਮਾਸ ਵੀ ਖਾਂਦੇ ਹੋਣ ਬਿਲੋਂਗਿੰਗ ਟੂ ਏ ਕੈਨਨ ਫੈਮਿਲੀ ਅਤੇ ਸੈਂਟਰਲ ਸਾਊਥ ਈਸਟ ਏਸ਼ੀਆ ਅਤੇ ਸਾਊਥ ਈਸਟ ਏਸ਼ੀਆ ਦੇ ਵਿੱਚ ਇਹਨਾਂ ਦੀ ਐਗਜ਼ਿਸਟੈਂਸ ਮਿਲਦੀ ਹੈ। ਇਸ ਤੋਂ ਇਲਾਵਾ ਦੋਸਤੋ IUCN ਇੰਟਰਨੈਸ਼ਨਲ ਯੂਨੀਅਨ ਫੋਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਹਨਾਂ ਨੂੰ ਇਨਡੈਂਜਰਡ ਕੈਟਾਗਰੀ ਦੇ ਵਿੱਚ ਇਨਕਲੂਡ ਕੀਤਾ ਹੋਇਆ ਹੈ ਅਤੇ ਸਪੀਸੀਜ਼ ਇਜ਼ ਪ੍ਰੋਟੈਕਟਡ ਅੰਡਰ ਸ਼ਡਿਊਲ 2 ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਹੈ। ਇਹ ਇੰਡੀਆ ਦੇ ਵਿੱਚ ਵੀ ਇਸ ਨੂੰ ਪ੍ਰੋਟੈਕਟ ਕਰਨ ਦੇ ਹੈ ਦੋਸਤੋ, ਇਹ ਹੁਕਮ ਦਿੱਤੇ ਨੇ ਇਸ ਨੂੰ ਹੈ ਮਾਰਿਆ ਨਹੀਂ ਜਾ ਸਕਦਾ, ਇਸ ਦੇ ਉੱਪਰ ਸ਼ਿਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀ ਤਸਵੀਰ ਹੈ ਜੋ ਕਜ਼ਾਕਿਸਤਾਨ ਦੇ ਇਲਾਕੇ ਤੋਂ ਲਈ ਗਈ ਹੈ ਜੀ। ਅਤੇ ਇਹ ਨਿਊਜ਼ ਦੇ ਵਿੱਚ ਇਸੇ ਕਰਕੇ ਹੈ ਕਿਉਂਕਿ ਕਜ਼ਾਕਿਸਤਾਨ ਦੇ ਵਿੱਚ ਜੋ ਹੈ ਕੁਝ ਇਹ ਜੋ ਸ਼ਿਕਾਰੀ ਕੁੱਤੇ ਨੇ ਇਹਨਾਂ ਨੂੰ ਦੇਖਿਆ ਗਿਆ ਹੈ, ਜਿਸ ਕਰਕੇ ਇਹ ਦੁਬਾਰਾ ਤੋਂ ਨਿਊਜ਼ ਦੇ ਵਿੱਚ ਨੇ ਕਿਉਂਕਿ ਬਹੁਤ ਹੀ ਘੱਟ ਹੈ ਗਿਣਤੀ ਦੇ ਵਿੱਚ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਇਨਵਾਇਰਮੈਂਟ ਨਾਲ ਜੁੜਿਆ ਪ੍ਰਸ਼ਨ ਹੈ ਅਤੇ ਇਹ ਜੋ ਕੁਐਸਚਨ ਹੈ ਇਹ ਜੁੜਿਆ ਹੋਇਆ ਆਂਧਰਾ ਪ੍ਰਦੇਸ਼ ਨਾਲ। ਤਾਂ ਲੰਗੂਰ ਨੇ ਦੋਸਤੋ, ਠੀਕ ਹੈ, ਤਾਂ ਗੋਲਡ ਲੰਗੂਰ ਮਤਲਬ ਉਸਦੀ ਜੋ ਪੂਛ ਹੈ ਉਸਦੀ ਪੂਛ ਦੇ ਰੰਗ ਤੋਂ ਹੈ ਉਸਦਾ ਜੋ ਨਾਮ ਹੈ ਗੋਲਡਨ ਲੰਗੂਰ ਪਿਆ ਹੈ। ਤਾਂ ਇਸ ਤੋਂ ਪਹਿਲਾ ਕੁਐਸਚਨ ਹੈ ਕਿ ਇਟ ਇਜ਼ ਐਂਡਮਿਕ ਟੂ ਵੈਸਟਰਨ ਅਸਾਮ ਇੰਡੀਆ ਐਂਡ ਸਾਊਥਰਨ ਭੂਟਾਨ। ਤਾਂ ਦੋਸਤੋ ਜੋ ਹੈ ਇਹ ਵੈਸਟਰਨ ਅਸਾਮ ਇੰਡੀਆ ਅਤੇ ਸਾਊਥਰਨ ਭੂਟਾਨ, ਸਾਊਥ ਜੋ ਸਾਊਥ ਭੂਟਾਨ ਹੈ ਹਿੰਦੁਸਤਾਨ ਦੇ ਨਾਲ ਇਲਾਕਾ ਲੱਗਦਾ, ਉੱਥੇ ਇਹਨਾਂ ਨੂੰ ਪਾਇਆ ਜਾਂਦਾ ਹੈ ਅਤੇ ਇਸ ਨੂੰ IUCN ਦੀ ਜੋ ਹੈ ਦੋਸਤੋ ਜੋ ਹੈ ਇੰਡੇਂਜਰਡ ਜੋ ਲਿਸਟ ਦੇ ਵਿੱਚ ਹੈ ਉਸਨੂੰ ਰੱਖ ਦਿੱਤਾ ਗਿਆ ਸੀ। ਅਤੇ ਇਹ ਬਹੁਤ ਹੀ ਜ਼ਿਆਦਾ ਹੈ ਟ੍ਰੀਜ਼ ਦੇ ਉੱਪਰ ਡਿਪੈਂਡੈਂਟ ਨੇ ਅਤੇ ਇਹਨਾਂ ਨੂੰ ਲੀਫ ਮੌਂਕੀਜ਼ ਵੀ ਕਿਹਾ ਜਾਂਦਾ ਹੈ। ਤਾਂ ਇਹ ਤਿੰਨ ਪੁਆਇੰਟਸ ਨੇ ਅਤੇ ਇਹਨਾਂ ਤਿੰਨ ਪੁਆਇੰਟਸ ਦੀ ਗੱਲ ਕਰੀਏ ਇਹ ਤਿੰਨੋਂ ਹੀ ਪੁਆਇੰਟਸ ਬਿਲਕੁਲ ਠੀਕ ਨੇ। ਇਹਨਾਂ ਦੀ ਤਸਵੀਰ ਹੈ ਅਤੇ ਮੁੱਖ ਤੌਰ 'ਤੇ ਦੋਸਤੋ ਕਿਉਂਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਜਿੱਥੇ ਇਹਨਾਂ ਦੀ ਐਗਜ਼ਿਸਟੈਂਸ ਹੈ ਉੱਥੇ, ਇੱਥੇ ਮੈਂ ਆਸਾਮ ਦੀ ਗੱਲ ਕਰਾਂਗਾ, ਆਸਾਮ ਦੇ ਵਿੱਚ ਜਿਹਨਾਂ ਦੀ ਜਿੱਥੇ ਐਗਜ਼ਿਸਟੈਂਸ ਹੈ ਉਸ ਨੂੰ ਵਾਈਲਡ ਲਾਈਫ ਸੈਂਚੁਰੀ ਹੈ ਗਵਰਨਮੈਂਟ ਹੈ ਉਹ ਘੋਸ਼ਿਤ ਕਰ ਰਹੀ ਹੈ, ਜਿਸ ਦਾ ਉੱਥੋਂ ਦੇ ਲੋਕਲ ਲੋਕ ਹੈ ਵਿਰੋਧ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਡਰ ਹੈ ਕਿਉਂਕਿ ਉਹਨਾਂ ਨੇ ਉਹ ਕਹਿ ਉਹਨਾਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਹੈ ਇਹਨਾਂ ਦੀ ਗਿਣਤੀ, ਇਹਨਾਂ ਦੀ ਜੋ ਸੁਰੱਖਿਆ ਹੈ ਉਹ ਘੱਟ ਜਾਵੇਗੀ ਅਤੇ ਜੋ ਹੈ ਇਸ ਕਰਕੇ ਇਸ ਨੂੰ ਵਾਈਲਡ ਲਾਈਫ ਸੈਂਚੁਰੀ ਹੈ ਉਹ ਘੋਸ਼ਿਤ ਨਾ ਕੀਤਾ ਜਾਵੇ। ਤਾਂ ਇਹ ਜੋ ਮੈਂ ਗੱਲ ਕਰ ਰਿਹਾ ਗੋਲਡਨ ਲੰਗੂਰਸ ਦੀ ਗੱਲ ਕਰ ਰਿਹਾ। 10ਵਾਂ ਪ੍ਰਸ਼ਨ ਅੱਜ ਦਾ ਲਾਸਟ ਕੁਐਸਚਨ, ਲਾਸਟ ਜੋ ਕੁਐਸਚਨ ਹੈ ਇਹ ਜੁੜਿਆ ਹੈ 2028 ਦੀ ਓਲੰਪਿਕਸ ਨਾਲ ਜੁੜਿਆ, ਸਪੋਰਟਸ ਨਾਲ ਜੁੜਿਆ ਕੁਐਸਚਨ ਹੈ। ਇਸ ਤੋਂ ਇਲਾਵਾ ਮੈਂ ਦੱਸ ਦੇਵਾਂ ਤੁਹਾਨੂੰ 2021 ਦੇ ਓਲੰਪਿਕਸ ਬਾਰੇ ਬਹੁਤ ਸਾਰੀਆਂ ਗੱਲਾਂ ਅਸੀਂ ਕਰ ਚੁੱਕੇ ਹਾਂ। ਅੱਜ ਕੱਲ੍ਹ ਓਲੰਪਿਕਸ ਹੋ ਰਹੀਆਂ ਨੇ ਵਿੰਟਰ ਓਲੰਪਿਕਸ ਬੀਜਿੰਗ ਦੇ ਵਿੱਚ ਦੋਸਤੋ, ਉੱਥੇ ਜੋ ਇੱਕੋ ਇੱਕ ਪਲੇਅਰ ਜੋ ਭਾਰਤ ਨੂੰ ਰੀਪ੍ਰਜੈਂਟ ਕਰਨ ਗਏ ਹੋਏ ਨੇ, ਉਮੀਦ ਕਰਾਂਗਾ ਕਿ ਤੁਹਾਨੂੰ ਉਸਦਾ ਨਾਮ ਵੀ ਜ਼ਰੂਰ ਯਾਦ ਹੋਵੇਗਾ, ਉਹ ਵੀ ਮੈਨੂੰ ਦੱਸ ਦੇਵੋ। ਅਤੇ ਇਹ ਜੋ ਗੱਲ ਅਸੀਂ ਸਮਰ ਓਲੰਪਿਕਸ ਜੋ ਮੇਨ ਓਲੰਪਿਕਸ ਦੀ ਗੱਲ ਕਰ ਰਹੇ ਹਾਂ, ਤਾਂ 2024 ਦੇ ਵਿੱਚ ਇਹ ਪੈਰਿਸ ਦੇ ਵਿੱਚ ਹੋਣ ਵਾਲੀ ਹੈ, 2028 ਦੇ ਵਿੱਚ ਲਾਸ ਏਂਜਲਸ ਦੇ ਵਿੱਚ ਹੋਣ ਵਾਲੀ ਹੈ। ਅਤੇ ਇਹ ਕਿਉਂ ਖਬਰ ਹੈ ਉਸ ਦੇ ਬਾਰੇ ਅਸੀਂ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਪ੍ਰਸ਼ਨ ਪੜ੍ਹ ਲਈਏ ਕਿ ਤਿੰਨ ਨਵੇਂ ਜੋ ਸਪੋਰਟਸ ਇਵੈਂਟਸ ਨੇ ਜਿਹਦੇ ਵਿੱਚ ਸਰਫਿੰਗ ਹੈ, ਕਲਾਈਮਿੰਗ ਹੈ ਅਤੇ ਸਕੇਟਬੋਰਡਿੰਗ ਹੈ, ਇਹਨਾਂ ਨੂੰ 2028 ਦੀ ਸਮਰ ਓਲੰਪਿਕਸ ਦੇ ਵਿੱਚ ਇੰਕਲੂਡ ਕਰਿਆ ਜਾਵੇਗਾ, ਕਿੱਥੇ ਹੋਣ ਵਾਲੀ ਹੈ। ਇਸ ਦਾ ਉੱਤਰ ਕਾਫੀ ਸਾਰੇ ਸਟੂਡੈਂਟਸ ਨੇ ਦੇ ਦਿੱਤਾ ਹੈ। ਲਾਸ ਏਂਜਲਸ ਦੇ ਵਿੱਚ ਇਹ ਹੋਏਗੀ, USA ਦੇ ਵਿੱਚ, USA ਦੀ ਗੱਲ ਕਰੀਏ ਦੋਸਤੋ, USA ਦੇ ਵਿੱਚ ਅੱਜ ਤੋਂ 2026 ਤੋਂ ਪਹਿਲਾਂ 1996 ਦੇ ਵਿੱਚ ਵੀ ਹੈ, ਐਟਲਾਂਟਾ ਦੇ ਵਿੱਚ ਹੋ ਚੁੱਕੀਆਂ ਨੇ ਇਹ ਸਮਰ ਓਲੰਪਿਕਸ। ਇਸ ਤੋਂ ਇਲਾਵਾ 2001 ਦੀ ਜੇ ਮੈਂ ਗੱਲ ਕਰਾਂ, 2001 ਦੇ ਵਿੱਚ ਉੱਥੇ ਵਿੰਟਰ ਓਲੰਪਿਕਸ ਵੀ ਹੋ ਚੁੱਕੀਆਂ ਨੇ, 2002 ਦੇ ਵਿੱਚ ਵਿੰਟਰ ਓਲੰਪਿਕਸ ਵੀ ਹੋ ਚੁੱਕੀਆਂ ਨੇ। ਤਾਂ ਅਮੈਰੀਕਾ ਦੇ ਵਿੱਚ ਟੋਟਲ ਤੀਜੀਆਂ ਓਲੰਪਿਕਸ ਹੋਣਗੀਆਂ ਜੋ 1996 ਤੋਂ ਬਾਅਦ ਲਗਾਤਾਰ ਅਸੀਂ ਦੇਖਦੇ ਹਾਂ। ਅਤੇ ਇਸ ਵਾਰ ਦੀ ਜੋ ਬੀਜਿੰਗ ਓਲੰਪਿਕਸ ਆ ਉੱਥੇ ਜੋ ਇੰਡੀਆ ਨੂੰ ਰਿਪ੍ਰਜੈਂਟ ਕਰ ਰਹੇ ਨੇ ਇੱਕੋ ਇੱਕ ਪਲੇਅਰ, ਉਹਨਾਂ ਦਾ ਨਾਮ ਆਰਿਫ ਖਾਨ ਹੈ, ਵੈਰੀ ਗੁੱਡ। ਅਤੇ ਦੋਸਤੋ ਇੱਥੇ ਨਵੀਆਂ ਜੋ ਗੇਮਸ ਨੇ ਇੰਕਲੂਡ ਨੇ, ਬਹੁਤ ਇੰਪੋਰਟੈਂਟ ਬਣ ਜਾਂਦਾ ਹੈ, ਸਰਫਿੰਗ, ਕਲਾਈਮਿੰਗ ਐਂਡ ਸਕੇਟਬੋਰਡਿੰਗ, ਅਤੇ ਨਾਲ ਹੀ ਨਾਲ ਵੇਟ ਲਿਫਟਿੰਗ ਨੂੰ, ਬੌਕਸਿੰਗ ਅਤੇ ਮਾਡਰਨ ਪੈਂਟਾਥਲੋਨ ਨੂੰ ਹੈ ਇੱਥੋਂ ਕੱਢਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ। ਅਤੇ ਦੋਸਤੋ ਜੋ ਹੈ ਇਸ਼ੂਜ਼ ਬਿਟਵੀਨ ਦ ਸਪੋਰਟਸ ਵਰ ਰਿਮੂਵਡ ਓਵਰ ਦ ਇਸ਼ੂਜ਼ ਬਿਟਵੀਨ ਇੰਟਰਨੈਸ਼ਨਲ ਓਲੰਪਿਕ ਕਮੇਟੀ ਐਂਡ ਦ ਗਵਰਨਿੰਗ ਬੋਡੀਜ਼ ਆਫ ਦ ਸਪੋਰਟਸ, ਕਿਉਂਕਿ ਬੜੇ ਸਾਰੇ ਡਿਸਪਿਊਟਸ ਕਰਕੇ ਹੈ ਇਹ ਸਪੋਰਟਸ ਨੂੰ ਕੱਢਿਆ ਵੀ ਜਾ ਸਕਦਾ ਹੈ। ਇੱਥੇ ਲਾਸਟ ਦੇ ਵਿੱਚ ਇਹ ਵੀ ਪੁੱਛਾਂਗਾ ਕਿ 2032 ਦਾ ਓਲੰਪਿਕਸ ਹੈ ਕਿੱਥੇ ਹੋਣ ਜਾ ਰਿਹਾ ਹੈ, ਕਿਉਂਕਿ ਕਾਫੀ ਵਾਰ ਹੈ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਹੈ। ਨਾਲ ਹੀ ਨਾਲ ਦੱਸ ਦੇਵਾਂ ਕਿ 2047 ਦੇ ਵਿੱਚ ਹੈ, ਇਸ ਤਰ੍ਹਾਂ ਦੀਆਂ ਉਮੀਦਾਂ ਜਿਤਾਈਆਂ ਜਾ ਰਹੀਆਂ ਨੇ ਕਿ ਇਹ ਓਲੰਪਿਕਸ ਹੈ ਭਾਰਤ ਦੇ ਵਿੱਚ ਵੀ ਹੋ ਸਕਦੀ ਹੈ। ਅਤੇ ਓਲੰਪਿਕਸ ਦੇ ਅਸੀਂ ਇਤਿਹਾਸ ਦੀ ਗੱਲ ਕਰੀਏ, ਮਾਡਰਨ ਜੋ ਓਲੰਪਿਕਸ ਹੈ 1896 1896 ਦੇ ਵਿੱਚ ਸ਼ੁਰੂ ਹੋਈਆਂ ਸੀ ਗ੍ਰੀਸ ਦੇ ਵਿੱਚ ਦੋਸਤੋ, ਗ੍ਰੀਸ ਦੇ ਵਿੱਚ ਇਹਨਾਂ ਨੂੰ ਸ਼ੁਰੂ ਕੀਤਾ ਗਿਆ। ਅਤੇ ਉਸ ਤੋਂ ਬਾਅਦ ਇਹ ਵਰਲਡ ਵਾਰਸ ਦੇ ਕਰਕੇ ਜ਼ਰੂਰ ਇਹ ਵਿੱਚ ਇਹਨਾਂ ਦੇ ਵਿੱਚ ਰੋਕ ਲੱਗੀ, ਲੇਕਿਨ ਲਗਾਤਾਰ ਹੈ ਇਹ ਜੋ ਓਲੰਪਿਕਸ ਹੈ ਹਰ 4 ਸਾਲ ਬਾਅਦ ਹੁੰਦੀਆਂ ਨੇ। ਹਾਲਾਂਕਿ ਜੋ ਲਾਸਟ ਓਲੰਪਿਕਸ ਸੀ ਕੋਵਿਡ ਕਰਕੇ 2020 ਦੀ ਬਜਾਏ ਉਹ 2021 ਦੇ ਵਿੱਚ ਟੋਕੀਓ ਦੇ ਵਿੱਚ ਖੇਡੀਆਂ ਗਈਆਂ। ਅਤੇ ਵੈਰੀ ਗੁੱਡ, ਵੈਰੀ ਗੁੱਡ, ਨਾਲ ਨਾਲ ਜੋ ਸਟੂਡੈਂਟਸ ਆਂਸਰ ਦੇਣੇ। ਅਤੇ 2032 ਦੀ ਜੋ ਓਲੰਪਿਕਸ ਹੈ, ਵੈਸੇ ਕਿਸੇ ਬੱਚੇ ਨੇ ਦੱਸਿਆ ਨਹੀਂ, ਦੈਟ ਵਿਲ ਬੀ ਹੈਲਡ ਇਨ ਬ੍ਰਿਸਬਨ ਜੋ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਅਦਰ ਇੰਪੋਰਟੈਂਟ ਕੁਐਸਚਨਸ ਕਰ ਲੈਂਦੇ ਹਾਂ, ਬੜੇ ਹੀ ਮਹੱਤਵਪੂਰਨ ਨੇ ਦੋਸਤੋ। ਅਤੇ ਉਮੀਦ ਕਰਾਂਗਾ ਕਿ ਇੱਥੋਂ ਤੱਕ ਦਾ ਸਾਰਾ ਸੈਕਸ਼ਨ ਹੈ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆਇਆ ਹੋਵੇਗਾ।
फिर भी किसी तरह का कोई डाउट होवे तां पिछले दोस्तों जो है 10 तो 20 सैकंड का समय है थोड़े को, क्योंकि मेरी आवाज जो मैं बोल रहा हाँ पहुंचने के ही थोड़े को 5-7 सैकंड लगते हैं, तो जो भी तुम सुनते हो मेरी आवाज न तो 10 सैकंड के अपना डाउट पूछ लिया करो ताकि उस क्लीयर करके है असं अगे बढ़ सकी होर भी जो रिंदियां खबर उन्होंने जल्दी कवर कर सकी, क्योंकि उस तो बाद 6 बजे थोड़ी क्लास भी होगी थोड़ी पहली जो क्लास है भुपिंदर सर की है इनवायरमेंट की क्लास लैणगे वो इनवायरमेंट के बड़े महत्वपूर्ण है पॉइंट उन्होंने समझाने ने, तो उस क्लास के भी सारे ने है हुम हुमा के आना है जी ठीक है। हुण मैनूं लगता है कि जो है ब्रिस्बेन तो बाद है कोई भी बच्चा हजे वैसे लिख नहीं रहा कि सर कोई डाउट है, तो मैं मान के चलता है कि शायद सारिया जो है इंपॉर्टेंट चीज़ा थोड़ी समझ आ ही गई होनगियां जी ठीक है। हाँ जी तो प्लीज़ टैलीग्राम चैनल लिंक सेंड कर दो, मनप्रीत कौर टैलीग्राम का जो है लिंक सेंड करने कह रहे हैं, इतने जिन्हें भी बच्चे बैठे ने जे किसी को टैलीग्राम चैनल का लिंक हो तो उन्होंने बेनती है कि जरूर है तो इतने इसको शेयर कर देवो, या फिर जो टैक्निकल टीम मेरी जो गल सुन रही है तो वह भी जो है साडे टैलीग्राम चैनल का लिंक है इतने शेयर कर सकती है। तो चलते हाँ जी अगे अदर इंपॉर्टेंट न्यूज़ के विच, पहली जो न्यूज़ है दोस्तों वह यूके तो है, यूके दे विच जिस तरह दी गल्लां उठ रही सन कि जे बोरिस जॉनसन इस्तीफा देंदे ने तां उत्थों दे जो नवें प्रधानमंत्री वह उत्थों दे फाइनेंस मिनिस्टर रिशि सुनाक जो कि भारतीय मूल के ने नारायण मूर्ति के जवाई ने उत्थों दे नवें प्रधानमंत्री बन सकते हैं, लेकिन हुण उन्हां दीआं उम्मीदां भी घट ही लग रही ने क्योंकि रिशि सुनाक ने एडमिट किया है कि जिस करके बोरिस जॉनसन के उपर प्रैशर बनाया जा रहा है कि उन्होंने अस्तीफा देना चाहिए है दोस्तों, वह जो रीज़न सी वह रीज़न सी कि उन्होंने लॉकडाउन के पार्टी की 100 लोगों को बुला के उस पार्टी के रिशि सुनाक भी जो है इंक्लूड सी, उसने भी उत्थे है जाके पार्टीसपेशन किया सी, तां इह गल नूं रिशि सुनाक मन भी गए ने, हालांकि उन्होंने मानना है कि मैनू लग्या है कि इत्थे जो पार्टी हो रही है वह कोविड तो है किमें आहिस्ता आहिस्ता ब्रिटेन को कढ़िया जाए उसके उपर डिस्कशन लई वह की जा रही है, लेकिन बाद दे विच जाके देखा कि उत्थे पार्टी जो है एक रंगारंग प्रोग्राम होया सी जिस दे विच बर्थडे जो पार्टी है उसके फैमिली मैंबरस ने अते अपने 100 खास दोस्तों है मिला के की सी, तो हुण शायद रिशि सुनाक के भी जो चांसिस ने घट लग रहे हैं, देखना होएगा आने वाले दिनों उत्थों की राजनीति स्थिति किस तरह की बनती है जी ठीक है। फिर उस तो बाद दोस्तों दूजा प्रश्न है इंडिया के असं गल कर रहे हैं कि बैडमिंटन लैके, तो बैडमिंटन के बड़े मशहूर प्लेयर ने इंडिया के रोहन बपन्ना और एक होर प्लेयर ने राम कुमार रामानाथन, तो इन्होंने इंडिया के पुणे के महाराष्ट्र के होने वाली टाटा ओपन चैंपियनशिप है आस्ट्रेलिया के डबल्स प्लेयर्स को हरा के है जित ली है, इस तरह की ट्रॉफीज़ का प्रश्न आना थोड़ा जहा मुश्किल है लेकिन सानू फिर भी जरूर पता हो टाटा ओपन की जो चैंपियनशिप है, जो तो असं टाटा ओपन की गल कर रहे हैं तो टाटा अजक बहुत सारे कितने जिक्र हो रहा है, चाहे वह IPL के नवे स्पॉन्सर की गल करिए, चाहे दोस्तों टाटा ने एयर इंडिया टेक ओवर कर लिया दोबारा तो, या उसकी गल हो, या फिर बहुत सारिया जो इंपॉर्टेंट जो है चीज़ा आ रही ने, या फिर रतन टाटा आसाम ने अपना हाईएसट सिविल अवार्ड है रतन आसाम वैभव दिता से उसकी गल हो, तो यह सारे इंपॉर्टेंट चीज़ा हैं थोड़ू जरूर याद हो, या फिर टॉप 500 की जो लिस्ट आई सी वर्ल्डवाइड उस सब तो जो टॉप के उपर टॉप 100 के जो दोस्तों आया वो टाटा ग्रुप ही आया सी जिसकी सब तो ज़्यादा दोस्तों जो है वैल्यू मनी गई कंपनीज के, चार बड़े महत्वपूर्ण प्रश्न ने नाल ही नाल IPL की असं गल कर ही रहे सी, असी जो गल कर रहे साढ़े यूनिकॉर्न जो है CSK बन चुके हैं, बड़े सारे नाल जे मैं कोरलेट करांगा तो बड़े सारे प्रश्न आ जाएंगे, तो टाटा ओपन है याद रखो, और दोनों प्लेयर ने रोहन बपन्ना एंड राम कुमार रामानाथन इन्होंने इसको जितया है। और तीजी जो खबर है दोस्तों ये भी स्पोर्ट्स तो जुड़ी है, असी पिछले दिनों एशिया कप की गल की सी हॉकी नाल जुड़िया होया सी जो कि ओमान दे विच होया सी जिसनु भारत ने ब्रॉन्ज मैडल जितया सी जिस दे विच दोस्तों फाइनल दे विच है वह जो हॉकी का जो एशियन चैंपियनशिप है जापान ने साउथ कोरिया हरा के जित लिया, लेकिन हुण इत्थे जो असी गल कर रहे हैं फुटबॉल दे एशिया की गल कर रहे हैं जो है एशिया वुमेन फुटबॉल कप जो कि इंडिया के होया जो कि मुंबई के होया महाराष्ट्र, लेकिन इस दे विच है जो है दोस्तों जो चाइना जो उत्थे चौथे नंबर पर रहा हॉकी दे विच फुटबॉल दे विच उसने है नंबर 1 हासिल प्राप्त किया साउथ कोरिया 3-2 हरा के है उसने गोल्ड मैडल जित लिया है, साउथ कोरिया लुक टू बी क्रूजिंग टू देयर मेडन क्राउन आफ्टर टेकिंग 2-0 लीड, लेकिन बाद में चाइना ने 3 गोल्स करके इसको जित लिया है, तो वेरी वेरी इंपॉर्टेंट इंडिया के होया सी इस करके होर भी ज़्यादा महत्वपूर्ण है। तो दोस्तों इस दे नाल है 31 मार्च 2022 रिजर्व बैंक ऑफ इंडिया ने जे तुसी हजे तक अपने दोस्तों KYC जो अपडेट्स ने अपना जो फोन नंबर है या आधार कार्ड है जो है अपने बैंक दे नाल सांझा नहीं किया है ठीक है, तो दोस्तों उस नूं एक्सटेंडिंग द डेडलाइन पीरियड ऑफ KYC अपडेट्स, तो जे तुसी अपने KYC अपडेट नहीं किए ने तो हजे भी जो है वक्त है क्योंकि कोविड करके गवर्नमेंट ने एक्सटेंड कर दिता है, तो 31 मार्च 2022 तक है अपना
केवाईसी अपडेट है अपने बैंक दे नाल कर सकते हो, क्योंकि इसकी तरीक पहला जो 31 जनवरी से सॉरी जो पहला 31 दिसंबर से वह हूँ रिजर्व बैंक ऑफ इंडिया ने इनक्रीज करके 31 मार्च 2022 कर दी है जी। तो इस दोस्तों अज का करंट अफेयर खत्म होता है। उम्मीद करते हैं सारे के सारे क्वेश्चन चंगे तरीके समझ आ गए होंगे थोनों, ठीक है। फिर भी जे नहीं कोई भी जे किसी तरह का जो डाउट हो कुछ सुझाव देना चाहते हो या किसी भी तरह का दोस्तों है थोड़ा लगता है कि जो है साढ़े इस प्रोग्राम के साढ़े इस सैशन है बदलाव होना चाहिए तो जरूर मैं कमेंट बॉक्स लिख के दस्या करो। और नाल है अपने बहुमुल्य जो विचार बहुत इंपॉर्टेंट ने साढ़े लिए, क्योंकि उन्होंने अकॉर्डिंग ही सूँ बहुत सारिया जो चीज़ा करनिया ने, क्योंकि एक्चुअली दोस्तों थोड़े लिए ही हो रहा है। जो थोड़े अकॉर्डिंग नहीं करा तो फिर जो है मैंने लगता है सारिया चीज़ा करना व्यर्थ है। तो जरूर अपने विचार दया करो। अभी सैशन खत्म कर लगे हाँ, कल फिर 5:15 मिलेंगे एक होर नवे सैशन नाल। हूँ 6 बजे तुम है साडा जो कोऑपरेटिव लैके दोस्तों जो बैच चल रहा है उस क्लासेस स्टार्ट होंगे, तो उस होम हो के पहुंच जाना है। बहुत बहुत धन्यवाद, थैंक यू।